ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਤ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ। ਮੈਂ ਜੀ ਆਇਆਂ। ਸ਼ੁਕਰੀਆ ਜੀ। ਸਿਆਸਤ ਕਿਸੇ ਦੀ ਸਕੀ ਨਹੀਂ ਹੁੰਦੀ। ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇੱਕ ਐਲੀਗੇਸ਼ਨ ਕਿ ਜਦੋਂ ਦੇ ਅਸੀਂ NDA ਨਾਲੋਂ ਵੱਖ ਹੋਏ ਹਾਂ, ਏਜੰਸੀਆਂ ਦੇ ਨਿਸ਼ਾਨੇ ਤੇ ਆ ਅਕਾਲੀ ਦਲ, ਇਹਦੇ ਆਗੂ, ਆਖਿਰ ਏਜੰਸੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਕਿਉਂ ਆ, ਇਹਨੂੰ ਸਮਝਣ ਦਾ ਯਤਨ ਕਰਦੇ ਹਾਂ, ਇਹਦੇ ਪਿੱਛੇ ਜਾਣ ਦਾ ਯਤਨ ਕਰਦੇ ਹਾਂ ਕਿ ਸੱਚਮੁੱਚ ਅਕਾਲੀ ਦਲ ਕਿਸੇ ਅੰਡਰ ਥ੍ਰੈਟ ਆ, ਕਿਸੇ ਮੁਸ਼ਕਿਲ ਦੇ ਵਿੱਚ ਆ। ਦੂਜਾ ਮਾਮਲਾ, ਕਿ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਾ ਚਾਹ ਰਹੀ ਹੈ, ਕੀ ਭਾਰਤੀ ਜਨਤਾ ਪਾਰਟੀ ਦਾ ਅਗਲਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼ਮੂਲੀਅਤ ਕਰਨਾ, ਜਿਵੇਂ ਕਿ ਪੰਜਾਬ ਦੇ ਵਿੱਚ ਉਹ ਆਪਣਾ ਵਿਸਥਾਰ ਕਰ ਰਹੇ, ਬਹੁਤ ਸਾਰੇ ਸਿੱਖ ਲੀਡਰ ਆ ਰਹੇ, ਉਹਨਾਂ ਦੇ ਇੱਕ ਲੀਡਰ ਦਾ ਅਹਿਮ ਬਿਆਨ ਜਿਹੜਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਿਸ਼ਾਨੇ ਤੇ ਲੈਂਦਿਆਂ ਦਿੱਤਾ ਹੈ। ਖਾਸੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ, ਤੇ ਇਹਦੇ ਨਾਲ ਹੀ ਅਕਾਲੀ ਦਲ ਦੇ ਅੰਦਰ ਦੀ ਸਿਆਸਤ, ਜਦੋਂ ਕੋਈ ਅੰਦਰ ਦਾ ਬੰਦਾ ਉਹ ਤੋਂ ਪਰਦਾ ਚੱਕਦਾ ਹੈ ਤਾਂ ਚੀਜ਼ਾਂ ਹੋਰ ਜ਼ਰਾ ਵੱਡੀਆਂ ਦਿਸਣ ਲੱਗਦੀਆਂ ਨੇ। ਜਿਹੜੇ ਸਿਕੰਦਰ ਸਿੰਘ ਮਲੂਕਾ ਦੇ ਨੌਂ ਨੇ, ਰਿਟਾਇਰਡ IAS ਪਰਮਪਾਲ ਕੌਰ ਮਲੂਕਾ, ਉਹ ਆਪਣੀ ਚੋਣ ਕੰਪੇਨ ਦੇ ਵਿੱਚ ਤਿੱਖਾਪਣ ਲਿਆ ਰਿਹਾ। ਉਹਨਾਂ ਨੇ ਹਰਸਿਮਰਤ ਕੌਰ ਬਾਦਲ ਤੇ ਹਮਲੇ ਹੀ ਨਹੀਂ ਕੀਤੇ, ਉਹਨਾਂ ਨੇ ਕਿਹਾ ਕਿ ਇਸ ਪਰਿਵਾਰ ਨੇ ਟਕਸਾਲੀ ਆਗੂਆਂ ਨੂੰ ਹਾਸ਼ੀਏ ਤੇ ਤੱਕਿਆ, ਔਰ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਪਰਿਵਾਰ ਨੂੰ ਅੱਗੇ ਵਧਾਉਣ ਲਈ, ਹਰਸਿਮਰਤ ਕੌਰ ਬਾਦਲ ਦੀ ਮਿਨਿਸਟਰੀ ਪੱਕੀ ਕਰਨ ਲਈ ਦੋ ਵੱਡੇ ਅਕਾਲੀ ਆਗੂਆਂ ਨੂੰ ਨੁਕਰੇ ਲਾਇਆ ਗਿਆ। ਮੋਦੀ ਵਜ਼ਾਰਤ ਵਿੱਚ ਮੋਦੀ ਸਾਹਿਬ ਚਾਹੁੰਦੇ ਸੀਗੇ ਕਿ ਅਸੀਂ ਉਹਨਾਂ ਨੂੰ ਬਣਾਈਏ, ਆਖਰ ਉਹ ਕੌਣ ਲੋਕ ਨੇ? ਪਰਮਪਾਲ ਕੌਰ ਮਲੂਕਾ ਇਸ ਰਾਹ ਤੇ ਕਿੰਨਾ ਕੁ ਅੱਗੇ ਵਧਣਗੇ? ਕੀ ਅੰਦਰ ਦੀਆਂ ਗੱਲਾਂ, ਸਾਲਾਂ ਦੇ ਸਾਲ ਘਰ ਦੇ ਵਿੱਚ ਪਈਆਂ ਗੱਲਾਂ, ਕੀ ਬਾਹਰ ਆਉਣਗੀਆਂ? ਆਪਾਂ ਇਹਦੇ ਤੇ ਜਾਂਦੇ ਹਾਂ। ਅੱਜ ਇੱਕ ਬਹੁਤ ਅਹਿਮ ਖਬਰ ਲਗਾਤਾਰ ਨੌਕ ਕਰ ਰਹੀ ਆ, ਹਰ ਜਗ੍ਹਾ ਪਬਲਿਸ਼ ਹੋਈ ਆ, ਕਿ ਪੰਨੂ, ਗੁਰਪਤਵੰਤ ਸਿੰਘ ਪੰਨੂ, ਉਸ ਮਾਮਲੇ ਦੇ ਵਿੱਚ ਭਾਰਤ ਸਰਕਾਰ ਦੀ ਇੱਕ ਏਜੰਸੀ ਦੇ ਮੁਖੀ, ਕਾਫੀ ਅਹਿਮ ਚੀਜ਼ਾਂ ਬਾਹਰ ਆਈਆਂ ਨੇ, ਇਹਨੂੰ ਸਮਝਣ ਦਾ ਯਤਨ ਕਰਦੇ ਹਾਂ ਕਿ ਇਸ ਮੌਕੇ ਦੇ ਉੱਤੇ ਇਸ ਰਿਪੋਰਟ ਦਾ ਛਪਣਾ, ਰਾਮ ਮੁਖੀ ਦੀ ਸ਼ਮੂਲੀਅਤ ਦਾ ਜ਼ਿਕਰ ਆਇਆ, ਇੱਕ ਅਧਿਕਾਰੀ ਦੀ ਸ਼ਮੂਲੀਅਤ ਦਾ ਜ਼ਿਕਰ ਕਿਉਂ ਹੋਇਆ, ਔਰ ਇੰਨੇ ਵੱਡੇ ਪੱਧਰ ਤੇ ਇਹ ਚੀਜ਼ ਪ੍ਰਚਾਰੀ ਜਾ ਰਹੀ, ਇਹਦੇ ਅਰਥ ਕੀ ਹੈਗੇ ਨੇ? ਜੇਕਰ ਅਸੀਂ ਕੈਨੇਡਾ ਦੇ ਵਿੱਚ ਉੱਥੇ ਦੀ ਪੋਲਿਟਿਕਸ ਦਾ ਜ਼ਿਕਰ ਕਰੀਏ ਤਾਂ ਜਸਟਿਨ ਟਰੂਡੋ, ਉੱਥੋਂ ਦੇ ਪ੍ਰਧਾਨ ਮੰਤਰੀ, ਜਦੋਂ ਇੱਕ ਜਲਸੇ ਦੇ ਰੂਬਰੂ ਸੀਗੇ, ਉੱਥੇ ਖਾਲਿਸਤਾਨ ਦੇ ਨਾਅਰੇ ਲੱਗਣ ਦੀ ਗੱਲ ਤੋਂ ਬਾਅਦ ਕੈਨੇਡਾ ਦੇ ਭਾਰਤ ਵਿਚਲੇ ਸਫੀਰ ਨੂੰ ਤਲਬ ਕੀਤਾ ਗਿਆ। ਇਹਦੇ ਡੂੰਘੇ ਅਰਥ ਨੇ, ਇਹਨਾਂ ਨੂੰ ਵੀ ਸਮਝਣ ਦਾ ਯਤਨ ਕਰਦੇ ਹਾਂ। ਮੈਨੂੰ ਲੱਗਦਾ ਆਪਾਂ ਗੱਲ ਤੋਰ ਹੀ ਲਈਏ ਜੀ ਹਮੀਰ ਸਿੰਘ ਜੀ। ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲੀ ਤੋਂ ਬਾਹਰ ਆਉਣ ਤੋਂ ਬਾਅਦ, NDA ਤੋਂ ਬਾਹਰ ਆਉਣ ਤੋਂ ਬਾਅਦ ਵੱਡਾ ਹਮਲਾ ਬੋਲਿਆ ਕਿ ਏਜੰਸੀਆਂ ਦੇ ਨਿਸ਼ਾਨੇ ਤੇ ਆ ਅਕਾਲੀ ਦਲ, ਸਾਨੂੰ ਇੱਕ ਵਾਰੀ ਫਿਰ ਬੇਅਦਬੀ ਵਰਗੇ ਮਾਮਲਿਆਂ ਦੇ ਵਿੱਚ ਵਿਲਨ ਬਣਾਉਣ ਦਾ ਯਤਨ ਕਰ ਰਹੀਆਂ ਨੇ ਏਜੰਸੀਆਂ। ਹੋਰ ਵੀ ਕੁਛ ਸੰਗੀਨ ਚੀਜ਼ਾਂ ਨੇ, ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ, ਸਿਆਸਤ ਕਿਸੇ ਦੀ ਸਕੀ ਨਹੀਂ ਹੁੰਦੀ, ਕੀ ਇਹ ਤੱਥ ਮੰਨ ਲਈਏ? ਬਿਲਕੁਲ, ਸੁਖਬੀਰ ਸਿੰਘ ਬਾਦਲ ਹੋਣੀ ਪਹਿਲਾਂ NDA ਦਾ ਹਿੱਸਾ ਸੀਗੇ, ਜਦੋਂ ਬਾਹਰ ਆਏ ਕੁਝ ਖੁਲਾਸੇ ਉਹਨਾਂ ਨੇ ਪਹਿਲਾਂ ਕੀਤੇ, ਜਿਵੇਂ ਉਹਨਾਂ ਨੇ ਜਦੋਂ ਕਿਹਾ ਕਿਸਾਨ ਬਿੱਲਾਂ ਕਰਕੇ ਕਿਸਾਨ ਮੂਵਮੈਂਟ ਚੱਲ ਰਹੀ ਸੀ, ਉਦੋਂ ਕਿਹਾ ਗਿਆ ਕਿ ਤੁਸੀਂ ਉੱਥੇ ਗੱਲ ਕਿਉਂ ਨਹੀਂ ਉਠਾਉਂਦੇ, NDA ਦੇ ਵਿੱਚ ਆਪਣੀ ਗੱਲ ਕਿਉਂ ਨਹੀਂ ਕਹਿੰਦੇ? ਉਹ ਕਹਿੰਦੇ NDA ਦੀ ਤਾਂ ਕਦੇ ਮੀਟਿੰਗ ਨਹੀਂ ਬੁਲਾਈ ਗਈ, ਤੇ NDA ਦੀ ਕਦੇ ਮੀਟਿੰਗ ਨਹੀਂ ਹੁੰਦੀ, ਇਸ ਲਈ ਉਹਦੇ 'ਚ ਕਦੇ ਚਰਚਾ ਹੀ ਨਹੀਂ ਹੋਈ ਇਹਨਾਂ ਗੱਲਾਂ ਤੇ। ਤਾਂ ਇਟ ਮੀਨਸ ਇਹ ਹੈ ਕਿ ਜਦੋਂ ਤੁਸੀਂ ਨਾਲ ਹੋ ਤਾਂ ਉਵੇਂ ਹੀ ਚੱਲਦੇ ਹੋ, ਅੰਦਰ ਰਹਿੰਦੇ ਹੋਏ ਜਿਹੜੀ ਫਾਈਟ ਕਰਨੀ ਹੁੰਦੀ ਹੈ ਉਹ ਫਾਈਟ ਨਹੀਂ ਹੋ ਰਹੀ ਆਰਗੇਨਾਈਜੇਸ਼ਨਾਂ 'ਚ, ਪਾਰਟੀਆਂ ਦੇ ਅੰਦਰ ਵੀ ਨਹੀਂ ਹੋ ਰਹੀ, ਜਿਹੜੇ ਫਰੰਟ ਬਣੇ ਹੋਏ ਨੇ ਉਹਦੇ ਅੰਦਰ ਵੀ ਲੱਗਦੀ ਨਹੀਂ ਕਿ ਉਸ ਲੈਵਲ ਤੇ ਹੋਈ ਹੋਈ ਹੈ। ਤੇ ਹੁਣ ਆ ਕੇ ਉਹਨਾਂ ਨੇ ਕਾਫੀ ਦੇਰ ਬਾਅਦ ਇਹ ਗੱਲ ਕੀਤੀ ਹੈ, ਕਿਉਂਕਿ ਹਾਲਾਂਕਿ NDA 'ਚੋਂ ਬਾਹਰ ਆ ਕੇ ਉਹਨਾਂ ਨੂੰ ਕਾਫੀ ਸਮਾਂ ਹੋ ਗਿਆ, ਉਹ ਤਾਂ ਉਦੋਂ ਦੀ ਆ ਕੇ ਜਿਹੜਾ
ਕਿਸਾਨ ਮੋਰਚੇ ਦੇ ਦੌਰਾਨ ਦੇ ਹੀ ਆਏ ਹੋਏ ਨੇ, 2 ਸਾਲਾਂ ਤੋਂ ਵੱਧ ਸਮਾਂ ਹੋ ਗਿਆ, ਪਰ ਹੁਣ ਆ ਕੇ ਇਹ ਗੱਲ ਕਹਿਣਾ ਕਿ ਇਹ ਇਸ ਕਰਕੇ ਗੱਲ ਹੋ ਰਹੀ ਹੈ ਇਸ ਤੋਂ ਬਾਅਦ ਕਿ ਅਕਾਲੀ ਬੀਜੇਪੀ ਦਾ ਹੁਣ ਤੱਕ ਅਲਾਇੰਸ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਸੀ, ਹੁਣ ਤੱਕ ਏਜੰਸੀਆਂ ਨਹੀਂ ਸੀ ਕੁਝ ਕਰ ਰਹੀਆਂ। ਜੀ ਜੇ ਹੁਣ ਏਜੰਸੀਆਂ ਕੁਝ ਕਰ ਰਹੀਆਂ ਨੇ, ਉਹ ਕਿਹੜੀਆਂ ਏਜੰਸੀਆਂ ਨੇ? ਇੱਕ ਤਾਂ ਏਜੰਸੀਆਂ ਦਾ ਨਾਰਮਲੀ ਲੋਕਾਂ ਦਾ ਰਿਟਰਨ ਇਸ ਲੈਵਲ ਤੇ, ਅਜੇ ਤੱਕ ਉਹਨਾਂ ਨੇ ਇਹ ਤਾਂ ਨਹੀਂ ਖੁਲਾਸਾ ਕੀਤਾ। ਜਿਵੇਂ ਇੰਡੀਵਿਜੁਅਲ ਸਵਾਲ ਹੈ, ਮੰਨ ਲਓ ਸੁਖਬੀਰ ਸਿੰਘ ਬਾਦਲ ਦਾ ਆਪਣੇ ਬਿਜ਼ਨਸ ਦੇ ਸਵਾਲ ਨੇ, ਕੋਈ ਈਡੀ ਆ ਰਹੀ ਹੈ, ਕੋਈ ਇਨਕਮ ਟੈਕਸ ਦੀ ਰੇਡ ਹੋ ਰਹੀ ਹੈ, ਕੋਈ ਕਿਸੇ ਹੋਰ ਮਾਮਲੇ 'ਚ ਇਸੇ ਤਰ੍ਹਾਂ CBI ਦਾ ਰੋਲ ਹੈ, ਕੀ ਅਕਾਲੀ ਆਗੂਆਂ ਤੇ ਇਹੋ ਜਿਹਾ ਤਾਂ ਨਹੀਂ ਅਜੇ ਤੱਕ ਸੁਣਿਆ ਓਪਨਲੀ, ਮਤਲਬ ਵੀ ਕਿਸੇ ਦੇ ਰੇਡ ਐਂ ਪਾਈ ਹੋਵੇ ਜਾਂ ਉਹਨਾਂ ਨੂੰ ਗੱਲ ਕੀਤੀ ਹੋਵੇ। ਹਾਂ, ਜਿਹੜੀ ਗੱਲ ਫਿਰ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਇੱਕ ਅਕਸ ਵਿਗਾੜਨ ਦਾ ਸਵਾਲ ਹੈ, ਜਿਹੜੀਆਂ ਚਾਹੇ ਬਹਿਬਲ ਮਾਮਲੇ ਦਾ ਸਵਾਲ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੋਟਕਪੂਰਾ ਘਟਨਾਵਾਂ ਨੇ, ਜੇ ਇੱਥੇ ਏਜੰਸੀਆਂ ਓਪਰੇਸ਼ਨ ਕੋਈ ਕਰ ਰਹੀਆਂ ਨੇ ਤਾਂ ਇਹਦਾ ਮਤਲਬ ਕੀ ਇਦੋਂ ਪਹਿਲਾਂ ਵੀ ਕੋਈ ਏਜੰਸੀਆਂ ਦਾ ਓਪਰੇਸ਼ਨ ਸੀ? ਫਿਰ ਅਕਾਲੀ ਦਲ ਦੇ ਖਿਲਾਫ਼ ਜੇ ਅਕਾਲੀ ਦਲ ਬਦਨਾਮ ਹੋਇਆ, ਉਹ ਕਹਿੰਦੇ ਅਸੀਂ ਨੀ ਕੁਝ ਕੀਤਾ, ਸਾਡੀ ਬਦਨਾਮੀ ਕੀਤੀ ਗਈ ਹੈ, ਸਾਡੇ ਲਈ ਇੱਕ ਨੈਰੇਟਿਵ ਸਿਰਜ ਦਿੱਤਾ, ਉਦੋਂ ਏਜੰਸੀਆਂ ਨੇ ਵੀ ਹੀ ਸਿਰਜਿਆ ਸੀ ਜਾਂ ਏਜੰਸੀਆਂ ਤੋਂ ਬਿਨਾਂ ਲੋਕਾਂ ਨੇ ਕੋਈ ਹੋਰ ਹੋਣਗੇ ਜਿਹਨਾਂ ਨੇ ਸਿਰਜਿਆ ਸੀ? ਤੇ ਹੁਣ ਫਿਰ ਉਹ ਕਿਹੜੀਆਂ ਏਜੰਸੀਆਂ ਹੁਣੇ ਕਿਉਂ ਸਰਗਰਮ ਹੋਈਆਂ ਨੇ, ਅਜੇ ਤੱਕ ਇਹ ਗੱਲ ਨਹੀਂ ਦੱਸੀ ਵੀ ਉਹਦੇ ਪਿੱਛੇ ਕੀ ਕੀ ਕਿਸ ਕੋਈ ਬਿਆਨ ਹੈ, ਕਿਸੇ ਵਿਅਕਤੀਆਂ ਨੂੰ ਫੜ ਕੇ ਕੋਈ ਗਵਾਹ ਇਹੋ ਜਿਹੇ ਭੁਗਤਾਏ ਜਾ ਰਹੇ ਨੇ, ਕੋਈ ਗੱਲ ਕਿਸੇ ਤਰੀਕੇ ਦੀ ਹੋ ਰਹੀ ਹੈ, ਇਹ ਗੱਲ ਨਹੀਂ ਅਜੇ ਤੱਕ ਓਵਰਆਲ ਸਮਝ ਆਈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਨਾਰਮਲੀ ਇੱਕ ਪ੍ਰਧਾਨ ਕਹਿੰਦਾ ਕਿਸੇ ਪਾਰਟੀ ਦਾ, ਉਹਨੂੰ ਤੁਸੀਂ ਉਹੀ ਡਿਨਾਈ ਨਹੀਂ ਕਰ ਸਕਦੇ ਵੀ ਐਵੇਂ ਹੀ ਕਹਿ ਰਿਹਾ ਜੀ, ਸਾਡੇ ਕੋਲ ਵੀ ਸਬੂਤ ਕੋਈ ਇਹੋ ਜਿਹਾ ਤਾਂ ਹੈ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਕਹੀਏ ਵੀ ਤੁਸੀਂ ਤਾਂ ਗਲਤ ਕਹਿ ਰਹੇ ਹੋ ਜੀ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਪਰ ਇਹਦਾ ਹੋਰ ਪੁਖਤਾ ਸਬੂਤ ਮੇਰੇ ਖਿਆਲ ਸਾਹਮਣੇ ਲਿਆਉਣੇ ਚਾਹੀਦੇ ਨੇ, ਜਿਵੇਂ ਬਾਕੀ ਲੋਕ ਲਿਆਉਂਦੇ ਨੇ, ਮੇਰੇ ਨਾਲ ਆਹ ਕੀਤਾ, ਬਾਕੀ ਨਾਲ ਆਹ ਕੀਤਾ, ਬਾਕੀ ਨਾਲ ਇੱਕ ਕੰਕਰੀਟ ਰੂਪ ਦੇ ਵਿੱਚ ਜੇਕਰ ਕੋਈ ਐਵੀਡੈਂਸ ਦੇ ਐਂਗਲ ਆਉਣਗੇ ਤਾਂ ਲੋਕਾਂ ਨੂੰ ਜ਼ਿਆਦਾ ਪਤਾ ਲੱਗੂਗਾ ਕਿ ਹਾਂ ਭਾਈ ਏਜੰਸੀਆਂ ਦੀ ਦੁਰਵਰਤੋਂ ਕਿਵੇਂ ਹੋ ਰਹੀ ਹੈ ਜਾਂ ਕਿਵੇਂ ਨਹੀਂ ਹੋ ਰਹੀ। ਬਾਕੀਆਂ ਦੇ ਮਾਮਲੇ 'ਚ ਤਾਂ ਦੇਖੋ, ਬਾਕੀ ਆਪੋਜੀਸ਼ਨ ਦੇ ਮਾਮਲੇ 'ਚ ਤਾਂ ਲੋਕ ਉਹ ਰੌਲਾ ਪਾ ਹੀ ਰਹੇ ਨੇ ਕਿ 95% ਕੇਸ ਸਾਡੇ 'ਤੇ ਨੇ ਜੀ, ਜਿਹੜੇ ਸਾਰੇ ਆ ਰਹੇ ਨੇ, ਬਾਕੀ ਜਿਹੜਾ BJP ਚਲਾ ਗਿਆ ਉਹ ਮਸ਼ੀਨ 'ਚ ਦੁੱਧ ਧੋਤਾ ਹੋ ਜਾਂਦਾ ਤੇ ਉੱਧਰ ਚਲਾ ਜਾਂਦਾ, ਇਹ ਤਾਂ ਰੌਲਾ ਪੈ ਰਿਹਾ ਕੰਟਰੀ ਭਰ ਦੇ ਵਿੱਚ ਪੈ ਰਿਹਾ। ਪਰ ਉਹ ਫਿਗਰ ਦਿੰਦੇ ਨੇ ਕਿ ਸਾਡਾ ਆਹ ਲੀਡਰ ਨਾਲ ਐਂ ਕੀਤਾ, ਆਹ ਲੀਡਰ ਨਾਲ ਐਂ ਕੀਤਾ, ਇਸ ਮਾਮਲੇ 'ਚ ਐਂ ਕੀਤਾ, ਸਟੇਟ ਨਾਲ ਐਂ ਕੀਤਾ। ਸੁਖਬੀਰ ਸਿੰਘ ਬਾਦਲ ਨੇ ਅਜੇ ਕੋਈ ਇਹੋ ਜਿਹਾ ਤੱਥ ਨਹੀਂ ਦਿੱਤਾ ਫਿਗਰ, ਉਹਨਾਂ ਨੂੰ ਵੀ ਮੇਰੇ ਖਿਆਲ ਹੈ ਉਹ ਜੇ ਹੁਣ ਗੱਲ ਤੋਰੇ ਲਈ ਹੈ ਤਾਂ ਅੱਗੇ ਗੱਲ ਵਧਾ ਵੀ ਦੇਣੀ ਚਾਹੀਦੀ ਸੀ ਕਿ ਆਹ ਚੀਜ਼ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਸਮਝ ਆਇਆ ਕਿ ਜੇ ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਇੱਕ ਮੇਨ ਪਾਰਟੀ ਨਾਲ ਏਜੰਸੀ ਆਪਰੇਟ ਐਂ ਕਰ ਰਹੀ ਹੈ, ਉਹ ਵੀ ਦੂਜੇ ਧਾਰਮਿਕ ਮਾਮਲਿਆਂ ਤੇ ਜਿਹੜਾ ਉਹ ਕਹਿ ਰਹੇ ਨੇ ਉਹ ਕਰ ਰਹੀ ਹੈ, ਤਾਂ ਫਿਰ ਇੱਕ ਵੱਡੀ ਗੱਲ ਹੈ। ਫਿਰ ਤਾਂ ਸਾਰੇ ਪੰਜਾਬੀਆਂ ਨੂੰ ਜਾਣਨ ਦਾ ਹੱਕ ਹੈ ਕਿ ਇੰਡੀਵਿਜੁਅਲ ਮਾਮਲਾ ਹੋਰ ਸੀ ਜੇ ਉਹਨਾਂ ਤੇ ਇਕੱਲੀ AD ਦੀ ਰੇਡ ਪੈਂਦੀ ਜਾਂ ਇਕੱਲਾ ਇਨਕਮ ਟੈਕਸ ਦੀ ਰੇਡ ਪੈਂਦੀ, ਉਹ ਅਲੱਗ ਮਾਮਲਾ ਸੀ। ਜੇ ਹੁਣ ਉਹਨਾਂ ਨੇ ਇੱਧਰ ਨੂੰ ਇਸ਼ਾਰਾ ਕੀਤਾ ਕਿ ਇਸ ਮਾਮਲੇ 'ਚ ਅਕਾਲੀ ਦਲ ਦਾ, ਇਹ ਤਾਂ ਮਾਮਲਾ ਪੂਰਾ ਮਤਲਬ ਪੰਥ ਦਾ ਵੀ ਬਣੂ, ਪੰਜਾਬ ਦਾ ਵੀ ਬਣੂ, ਸਾਰੇ ਕਿਤੇ ਬਣੂਗਾ, ਤੇ ਉਹਨਾਂ ਨੂੰ ਮੇਰਾ ਖਿਆਲ ਹੋਰ ਅੱਗੇ ਕਲੈਰਿਟੀ ਨਾਲ ਆਉਣਾ ਚਾਹੀਦਾ। ਹਰਮੀਤ ਸਿੰਘ ਜੀ, ਜਦੋਂ ਵਿਰਸਾ ਸਿੰਘ ਵਲਟੋ ਆ 2 ਦਿਨ ਪਹਿਲਾਂ ਅੰਮ੍ਰਿਤਪਾਲ ਨੂੰ ਨਿਸ਼ਾਨੇ ਤੇ ਲੈ ਰਹੇ ਸੀਗੇ ਤਾਂ ਉਹਨਾਂ ਨੇ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਦਾ ਵੀ ਜ਼ਿਕਰ ਕੀਤਾ ਸੀ, RSS ਨਾਲ ਵੀ ਉਹਨਾਂ ਦੀ ਬੈਕਗ੍ਰਾਉਂਡ ਕੀ ਆ, ਕਿੱਥੋਂ ਐਲਾਨ ਕਿੱਥੋਂ ਹੋ ਰਹੇ ਨੇ। ਇਹਦਾ ਮਤਲਬ ਹੈ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵੀ ਲੱਗ ਰਿਹਾ ਕਿ ਅੰਮ੍ਰਿਤਪਾਲ ਦੀ ਜਿਹੜੀ ਆਮਦ ਹੈ, ਅੰਮ੍ਰਿਤਪਾਲ ਦਾ ਚੋਣ ਦ੍ਰਿਸ਼ ਵਿੱਚ ਆਉਣਾ, ਉਹ ਅਕਾਲੀ ਦਲ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ। ਸੇਮ ਮੁੱਦਿਆਂ ਦੇ ਉੱਤੇ ਬੰਦੀ ਸਿੱਖਾਂ ਦੇ ਮਾਮਲੇ 'ਚ ਇੱਕ ਤਿੱਖਾ ਚਿਹਰਾ, ਕਿਉਂਕਿ ਉਹਨਾਂ ਦੇ ਫਾਦਰ ਤਰਸੇਮ ਸਿੰਘ ਨੇ ਕੱਲ੍ਹ ਗੱਲ ਕਹੀ ਹੈ ਕਿ ਤੁਸੀਂ ਤਾਂ ਕਹਿੰਦੇ ਕਿ ਅਸੀਂ ਬੰਦੀ ਸਿੱਖਾਂ ਦੀ ਲੜਾਈ ਲੜ ਰਹੇ ਹਾਂ, ਪਿਛਲੀ ਵਾਰੀ ਤੁਸੀਂ ਬੀਬੀ ਪਰਮਜੀਤ ਕੌਰ ਖਾਲੜਾ ਦਾ ਵਿਰੋਧ ਕੀਤਾ,
ਇਸ ਵਾਰੀ ਤੁਸੀਂ ਇੱਕ ਬੰਦੀ ਸਿੱਖ ਦਾ ਹੀ ਵਿਰੋਧ ਕਰਨ ਲੱਗ ਗਏ ਹੋ ਜਿਹੜਾ ਆਪ ਖੜਾ ਆ ਕੇ। ਸੋ ਮੈਂ ਇਹ ਵੀ ਸਮਝਣਾ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਦਾ ਦਰਦ ਇੱਥੋਂ ਵੀ ਛਲਕਿਆ, ਜਿਵੇਂ ਮਲਟੋਵਾ ਰਾਜਦੇਵ ਸਿੰਘ ਖਾਲਸਾ ਦਾ ਸਿੱਧਾ ਸੰਬੰਧ ਜੋੜ ਰਹੇ ਸੀ ਆਰਐਸਐਸ ਨਾਲ। ਨਹੀਂ ਹਾਂ, ਬਲਟੋਆ ਉਹਨਾਂ ਨੇ ਤਾਂ ਕਿਹਾ ਵੈਸੇ ਇਹ ਤਾਂ ਤੱਥ ਹੈ, ਇਹਦਾ ਕੋਈ ਗੱਲ ਨਹੀਂ ਹੈ ਕਿ ਰਾਜਦੇਵ ਸਿੰਘ ਰਾਸ਼ਟਰੀ ਸਿੱਖ ਸੰਗਤ ਦੇ ਵਿੱਚ ਚਲੇ ਗਏ ਸੀ। ਰਾਸ਼ਟਰੀ ਸਿੱਖ ਸੰਗਤ ਜਿਹੜੀ ਹੈ ਉਹ ਖਾਲਸਾ ਪੰਥ ਦੇ 300 ਸਾਲਾਂ ਦੇ ਨੇੜੇ ਤੇੜੇ ਆਰਐਸਐਸ ਨੇ ਬਣਾਈ ਹੋਈ ਸੰਸਥਾ ਜਿਹੜੀ ਸਿੱਖਾਂ ਦੇ ਵਿੱਚ ਉਸ ਲੈਵਲ ਤੇ ਕੰਮ ਕਰ ਰਹੀ ਸੀ। ਉਦੋਂ ਅਕਾਲੀ ਦਲ ਵੀ ਉਹਦਾ ਵਿਰੋਧ ਉਸ ਲੈਵਲ ਤੇ ਕਰਦਾ ਰਿਹਾ ਕਿ ਤੁਸੀਂ ਇੱਕ ਨਵੀਂ ਸਿੱਖਾਂ ਸੰਸਥਾ ਖੜੀ ਕਰਕੇ ਕਰ ਰਹੇ ਹੋ। ਫਿਰ ਉਹ ਥੋੜੀ ਪੈਸਿਵ ਜੇ ਲੱਗੀ ਕਾਫੀ ਦੇਰ, ਪਰ ਜੇ ਹੁਣ ਉਹ ਐਕਟਿਵ ਰੋਲ ਦੇ ਵਿੱਚ ਆਏਗੀ ਉਹਨਾਂ ਨਾਲ ਹੀ ਸੰਬੰਧ ਰਹੇ। ਰਾਜਦੇਵ ਸਿੰਘ ਦੱਸ ਸਕਦੇ ਨੇ ਵੀ ਅੱਜ ਵੀ ਉਹਨਾਂ ਦਾ ਸੰਬੰਧ ਉਸੇ ਨਾਲ ਹੈ ਜਾਂ ਹਟ ਗਿਆ ਜਾਂ ਕੀ ਹੈ ਕੀ ਨਹੀਂ ਹੈ। ਤੱਥ ਤਾਂ ਇਹ ਤਾਂ ਔਨ ਓਪਨ ਖਬਰਾਂ ਛਪਦੀਆਂ ਰਹਿੰਦੀਆਂ ਸੀ ਕਿ ਹਾਂ ਉਹ ਉੱਧਰ ਗਏ ਨੇ ਤੇ ਆਹ ਗੱਲ ਹੈ। ਤੇ ਜੇ ਇਹੀ ਤਰੀਕਾ ਹੈ, ਮਤਲਬ ਰਾਜਦੇਵ ਸਿੰਘ ਗਏ ਹੋਣਗੇ, ਔਰ ਇਹ ਵੀ ਉਹਨਾਂ ਨੇ ਰਾਜਦੇਵ ਸਿੰਘ ਉਹਨਾਂ ਨੇ ਕਿਹਾ ਸੀਗਾ ਕਿ ਉਹ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਵੀ ਟਾਈਮ ਮੰਗਿਆ ਕਿ ਟਾਈਮ ਮੈਂ ਇਹ ਪਰਸੂ ਕਰਾਂ ਕਿ ਅੰਮ੍ਰਿਤਪਾਲ ਸਿੰਘ ਲੜਨਾ ਚਾਹੁੰਦੇ ਨੇ, ਤੁਸੀਂ ਉੱਥੇ ਕੈਂਡੀਡੇਟ ਨਾ ਕਰੋ ਜਾਂ ਆਪਣਾ ਕੈਂਡੀਡੇਟ ਬਣਾ ਲਿਓ। ਤੇ ਜੇ ਹੁਣ ਉਹਨਾਂ ਦੇ ਮੀਟਿੰਗ ਹੋਈ ਨਹੀਂ ਹੋਈ ਇਹ ਇੱਕ ਅਲੱਗ ਗੱਲ ਹੈ, ਸ਼ਾਇਦ ਟਾਈਮ ਨਹੀਂ ਮਿਲਿਆ, ਤੇ ਉਹ ਤਾਂ ਗੱਲ ਹੈ ਹੀ ਹੈ। ਤੇ ਬਲਟੋਆ ਉਹਨਾਂ ਨੇ ਵੀ ਉਦੋਂ ਬਾਅਦ ਇਸੇ ਲਈ ਗੱਲ ਕੀ, ਬਲਟੋਆ ਨੇ ਇਹੀ ਕਿਹਾ ਨਾ ਕਿ ਕੋਈ ਹੋਰ ਲੜਾ ਰਿਹਾ ਸਾਨੂੰ, ਪੰਥ ਦੇ ਵਿੱਚ ਫੁੱਟ ਪਾ ਰਿਹਾ ਜਾਂ ਕੀ ਕਰ ਰਿਹਾ ਕੀ ਨਹੀਂ। ਬਲਟੋਏ ਨੇ ਉਦੋਂ ਅਗਲਾ ਸਟੈਪ ਵੀ ਕੀਤਾ ਵੀ ਜੇਲ੍ਹਾਂ ਦੇ ਵਿੱਚ ਜਾਣਾ ਤਾਂ ਉਸਦਾ ਅਜੇ ਬਹੁਤ ਥੋੜੇ ਹੋ, ਬੰਦੀ ਸਿੱਖ ਤਾਂ ਬਹੁਤ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨੇ। ਔਰ ਜਿਹੜਾ ਤਰਸੇਮ ਸਿੰਘ ਹੋਣੀ ਅੰਮ੍ਰਿਤਪਾਲ ਸਿੰਘ ਦੇ ਫਾਦਰ ਕਹਿ ਰਹੇ ਨੇ ਔਰ ਕਿ ਬੰਦੀ ਸਿੰਘ ਦੀ ਲੜਾਈ ਕਿਵੇਂ ਲੜਨਗੇ ਜਦੋਂ ਅੰਮ੍ਰਿਤਪਾਲ ਸਿੰਘ ਲਈ ਨਹੀਂ ਛੱਡਦੇ। ਬੰਦੀ ਸਿੰਘਾਂ ਦੀ ਲੜਾਈ ਤਾਂ ਅੰਮ੍ਰਿਤਪਾਲ ਸਿੰਘ ਵੀ ਲੜ ਨਹੀਂ ਰਹੇ ਨਾ, ਇਸ ਤੋਂ ਪਹਿਲਾਂ ਜਿੰਨਾ ਉਹਨਾਂ ਦਾ ਬਾਹਰ ਦਾ ਪ੍ਰੋਸੀਜਰ ਹੈ, ਜਿੰਨੇ ਉਹਨਾਂ ਦੇ ਇਸ਼ਤਿਹਾਰ ਨੇ, ਉਹ ਨੋਰਮਲੀ ਉਹਨਾਂ ਦਾ ਈਡੀਅਮ ਇਹ ਰਿਹਾ ਕਿ ਲੜਾਈ ਦੇ ਵਿੱਚ ਇਹ ਚੀਜ਼ਾਂ ਹੋਣਗੀਆਂ, ਫੜੇ ਵੀ ਜਾਵਾਂਗੇ, ਅੱਗੇ ਵੀ ਹੋਣਗੇ, ਜਾਨਾਂ ਵੀ ਜਾਣਗੀਆਂ, ਸ਼ਹਾਦਤਾਂ ਵੀ ਹੋਣਗੀਆਂ, ਇਸ ਲਈ ਦੋ ਬੰਦਿਆਂ ਨੂੰ ਛੁਡਾ ਲਓਗੇ ਚਾਰ ਹੋਰ ਅੰਦਰ ਹੋ ਜਾਣਗੇ, ਲੜਾਈ ਦੀ ਗੱਲ ਨਹੀਂ। ਇਹ ਉਹਨਾਂ ਦਾ ਭਾਸ਼ਣ ਬੰਦੀ ਸਿੰਘਾਂ ਨੂੰ ਛੁਡਾਉਣ ਵਾਲੇ ਮੋਰਚੇ ਦੇ ਵਿੱਚ ਇੱਥੇ, ਇਹਦਾ ਮਤਲਬ ਉਹਦੇ 'ਚ ਕਲੈਰਿਟੀ ਤਾਂ ਕਿਸੇ 'ਚ ਬਣੀ ਹੈ। ਫਿਰ ਜਦੋਂ ਸੰਗਰੂਰ ਦੀ ਬਾਈ ਇਲੈਕਸ਼ਨ ਹੁੰਦੀ ਹੈ, ਬਾਈ ਇਲੈਕਸ਼ਨ ਦੇ ਵਿੱਚ ਜਥੇਦਾਰ ਅਕਾਲ ਤਖ਼ਤ ਤੋਂ ਪਹਿਲਾਂ ਇੱਕ ਕਮੇਟੀ ਬਣਾ ਦਿੰਦੇ ਨੇ ਕਿ ਬਾਈ ਆਪਾਂ ਬੰਦੀ ਸਿੰਘਾਂ ਦੇ ਮੁੱਦੇ ਤੇ ਮਿਲ ਕੇ ਲੜੋ, ਉਹ ਨਹੀਂ ਬਣਦੀ ਗੱਲ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਦੇ ਸਿਮਰਜੀਤ ਸਿੰਘ ਮਾਨ ਦੇ ਘਰ ਵੀ ਜਾਂਦੇ ਨੇ, ਮਾਨ ਸਾਹਿਬ ਨਹੀਂ ਮੰਨਦੇ। ਹੁਣ ਇਹਦੇ ਤੇ ਕੀ ਟਿੱਪਣੀ ਕੀਤੀ ਜਾਏਗੀ ਜੇ ਤਰਸੇਮ ਸਿੰਘ ਉਹਨਾਂ ਨੇ ਕਰਨੀ ਹੋਵੇ ਮੰਨ ਕਿ ਅਕਾਲੀ ਦਲ ਨੇ ਉਦੋਂ ਗਲਤ ਕੀਤਾ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਖੜਾ ਕੇ, ਮਾਨ ਨੂੰ ਹੀ ਮੰਨ ਲੈਣਾ ਚਾਹੀਦਾ ਸੀ ਜਾਂ ਸਿਮਰਜੀਤ ਮਾਨ ਨੂੰ ਉਹ ਗੱਲ ਮੰਨ ਲੈਣੀ ਚਾਹੀਦੀ ਸੀ। ਜੇਕਰ ਫਿਰ ਇਹੀ ਹੈ, ਉਹ ਵੀ ਤਾਂ ਜੇ ਉਸ ਪਰਿਵਾਰਾਂ ਤੋਂ ਆਉਣ ਦੀ ਗੱਲ ਹੈ ਤਾਂ ਫਿਰ ਉੱਧਰ ਲੌਜਿਕ ਵੀ ਉਹੀ ਜਾਂਦਾ ਸੀਗਾ। ਸਿਮਰਜੀਤ ਉਹਨਾਂ ਮਾਨ ਨੂੰ ਤਾਂ ਬਣ ਕੇ ਵੋਟਾਂ ਪਾਈਆਂ, ਲੋਕਾਂ ਨੇ ਕਿਸੇ ਨੇ ਕਿਹਾ ਤਾਂ ਨਹੀਂ ਵੀ ਕਮਲਦੀਪ ਕੌਰ ਉਹ ਨਹੀਂ ਹੈ ਕਿਉਂ। ਹਾਂ ਇੱਕ ਗੱਲ ਜ਼ਰੂਰ ਹੈ, ਜੇਕਰ ਸਿਮਰਜੀਤ ਮਾਨ ਵੀ ਕਹਿੰਦੇ ਬਾਕੀ ਸ਼ਾਇਦ ਕਮਲਦੀਪ ਕੌਰ ਉਹ ਇੰਡੀਪੈਂਡੈਂਟ ਕੈਂਡੀਡੇਟ ਖੜੇ ਹੋ ਜਾਂਦੇ, ਸਾਰੇ ਉਹਨਾਂ ਦੀ ਪਿੱਛੋਂ ਮਦਦ ਕਰਦੇ, ਉਹ ਅਕਾਲੀ ਦਲ ਦੇ ਕੈਂਡੀਡੇਟ ਦੇ ਵਜੋਂ ਖੜੇ ਹੋਏ, ਇਸ ਕਰਕੇ ਇੱਕ ਮੌਕਾ ਮਿਲ ਸਕਦਾ ਹਰੇਕ ਨੂੰ ਵੀ ਨਹੀਂ ਜੀ ਉਹ ਤਾਂ ਫਿਰ ਅਕਾਲੀ ਦਲ ਦੇ ਕੈਂਡੀਡੇਟ ਨੇ, ਸਾਡੇ ਤਾਂ ਕਾਂਗਰਸ ਤਾਂ ਕਾਜ ਹੈ ਨਹੀਂ। ਇਹ ਇੱਕ ਫਰਕ ਜ਼ਰੂਰ ਹੋ ਸਕਦਾ, ਪਰ ਹਰ ਜਗ੍ਹਾ ਤੁਸੀਂ ਇੱਕ ਅਲੱਗ ਐਂਗਲ ਲਓਗੇ ਇਹ ਨਹੀਂ ਹੋਣਾ। ਉਹਦੇ ਲਈ ਸਪਸ਼ਟ ਇੱਕ ਅਪਰੋਚ, ਬੰਦੀ ਸਿੰਘਾਂ ਦਾ ਮਾਮਲਾ, ਜਿਹੜੇ ਬੰਦੇ ਇੰਨੇ ਇੰਨੇ ਸਮੇਂ ਤੋਂ ਇੱਕ ਮੂਵਮੈਂਟ ਦੇ ਤਹਿਤ ਜੇਲ੍ਹ ਦੇ ਵਿੱਚ ਨੇ, ਸਜ਼ਾ ਲਗਭਗ ਪੂਰੀ ਕੱਟ ਚੁੱਕੇ ਨੇ, ਤੇ ਉਹਨਾਂ ਨਾਲ ਇੱਕ ਗੱਲ ਕਰਨ ਦੀ ਲੋੜ ਹੈ। ਅੰਮ੍ਰਿਤਪਾਲ ਸਿੰਘ ਉਹਨਾਂ ਦਾ ਮਾਮਲਾ ਦੂਜਾ ਹੈ ਕਿ ਇਹਨਾਂ ਤੇ ਇੱਕ ਹੋਰ ਮਾਮਲੇ 'ਚ ਜਿਹੜਾ ਕਿ ਡਿਜਰਵ ਵੀ ਨਹੀਂ ਕਰਦਾ ਸੀ ਤਾਂ ਕਿ ਕੇਸ ਉਹ ਹੈ ਜਾ ਸੀ, ਤੁਸੀਂ ਉਹੀ ਜਿਹੜਾ ਕਲੋਨੀਅਲ ਐਕਟ NSA ਲਾਇਆ ਜਾ ਕੇ ਡਿਬਰੂਗੜ੍ਹ ਭੇਜਤਾ ਦੋਨੇ ਸਰਕਾਰਾਂ ਦੇ ਤਾਲਮੇਲ ਦੇ ਨਾਲ ਜੀ, ਔਰ ਉਹ ਸਾਰੇ ਮਾਮਲੇ ਦੇ ਵਿੱਚ ਹੁਣ ਇੱਕ ਸਾਲ ਵੀ ਪੂਰਾ ਹੋ ਗਿਆ ਸੀ
ਉਸ ਸਾਲ ਦੇ ਵਿੱਚ ਵੀ ਫਿਰ ਅਗਲਾ ਦੁਬਾਰਾ ਫੇਰ ਲਾਤਾ ਹੈ। ਇਹਦਾ ਮਤਲਬ ਧਾਰ ਸਰਕਾਰਾਂ ਖਿਲਾਫ ਤਾਂ ਜਾ ਨਹੀਂ ਰਹੀ ਦੋਨਾਂ ਦੇ ਖਿਲਾਫ, ਪੰਜਾਬ ਤੇ ਉਹਦੀ, ਤੇ ਪੰਥ ਆਪਸ ਚ ਹੀ ਲੜੂਗਾ, ਆਪਸ ਦੇ ਵਿੱਚ ਜੋ ਵੀ ਲੜੂਗਾ ਜਿਹੋ ਜਿਹਾ, ਫਿਰ ਉਹ ਆਪਸ ਚ ਲੜਦੇ ਰਹਿਣਗੇ। ਸਰਕਾਰਾਂ ਤੇ ਪ੍ਰੈਸ਼ਰ ਕਿਉਂ ਨਹੀਂ ਹੈ, ਉਦੋਂ ਵੀ ਵੱਡੀ ਲੜਾਈ ਰਲ ਕੇ ਕੀ ਅੰਮ੍ਰਿਤਪਾਲ ਸਿੰਘ ਹੋਣੀ ਤੇ 7 ਬੰਦਿਆਂ ਤੇ ਹੋਰ ਲੱਗ ਗਿਆ NSA, ਕੀ ਇਹੀ ਲੜਾਈ ਹੈ ਜਾਂ ਵੱਡੀ ਲੜਾਈ ਦਾ ਦਾਇਰਾ ਸਿਰਜਣਾ ਚਾਹੀਦਾ, ਸਾਰੇ ਆਉਣ ਕੇ NSA ਖਤਮ ਹੋਣਾ ਚਾਹੀਦਾ, NSA ਇਵੋਲਵ ਹੋਣਾ ਚਾਹੀਦਾ, ਕਿਸੇ ਦੇ ਵੀ ਕਿਉਂ ਲੱਗੇ ਬਿਨਾਂ। ਮਤਲਬ ਹੋਰ ਬਹੁਤ ਕਾਨੂੰਨ ਨੇ ਜਿਹੜੇ ਲਾ ਕੇ ਤੁਸੀਂ ਜੇਲ੍ਹ 'ਚ ਵੀ ਰੱਖ ਸਕਦੇ ਹੋ, ਜਿਹਾ ਜਿਹਾ ਕ੍ਰਾਈਮ ਹੈ ਉਹਦੇ ਨਾਲ ਬਾਕੀ ਦੀ ਗੱਲ ਹੋ ਜੇ। ਉਹ ਬੁਨਿਆਦੀ ਮੁੱਦਿਆਂ ਤੇ ਤਾਂ ਮੇਰੇ ਖਿਆਲ ਚਰਚਾ 'ਚ ਆ ਨਹੀਂ ਰਹੀ, ਉਹ ਤਿਰ ਵੀ ਨਹੀਂ ਆ ਰਹੀ ਕਿ ਆਪਾਂ ਨੂੰ ਇਹਦੇ ਤੇ ਲੜਾਈ ਕਿਸ ਤਰੀਕੇ ਦੇ ਨਾਲ ਲੜਨੀ ਚਾਹੀਦੀ ਹੈ। ਔਰ ਹਾਂ, ਇਹ ਜ਼ਰੂਰ ਹੋ ਜਾਏਗਾ ਕਿ ਹੁਣ ਇਮੀਡੀਏਟ, ਕਿਉਂਕਿ ਇਲੈਕਸ਼ਨ ਹੈ, ਇਲੈਕਸ਼ਨ 'ਚ ਤਾਂ ਕੇਵਲ ਉਨੀ ਉਹ ਗੱਲ ਕਰਦੇ ਨੇ ਜਿੰਨੇ ਨਾਲ ਜਿਹੜਾ ਇੱਕ ਦੂਜੇ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਕਿ ਵੋਟ ਕਿਹਨੂੰ ਜ਼ਿਆਦਾ ਪੈਣੀ। ਸਰਬੀਰ ਸਿੰਘ ਜੀ, ਇੱਕ ਸਵਾਲ ਜਿਹੜਾ ਐਡਰੈਸ ਕਰਨ ਵਾਲਾ ਬੜਾ ਜ਼ਰੂਰੀ ਹੈ। ਤੁਸੀਂ ਗੱਲ ਜਦੋਂ ਸਿਮਰਨਜੀਤ ਸਿੰਘ ਮਾਨ ਦੀ ਦਾਅਵੇਦਾਰੀ ਦੀ ਉਮੀਦਵਾਰੀ ਦੀ ਸੰਗਰੂਰ ਤੋਂ ਜਿੱਤ ਦੀ ਕਰ ਰਹੇ ਸੀ, ਕਬਲਦੀਪ ਕੌਰ ਦੀ ਵੀ ਗੱਲ ਹੋ ਰਹੀ ਹੈ, ਹੁਣ ਅੰਮ੍ਰਿਤਪਾਲ ਬਲਵਿਰਸਾ ਸਿੰਘ ਬਟੋਆ, ਇੱਕ ਸਵਾਲ ਉੱਠਦਾ ਹੈ ਕਿ ਇਹ ਗੱਲ ਸਾਰਿਆਂ ਦੇ ਅੰਦਰ ਘਰ ਘਰ ਗਈ ਆ, ਅਕਾਲੀ ਦਲ ਦੇ ਵਿਰੋਧੀਆਂ ਨੂੰ ਵੀ ਅੰਦਾਜ਼ਾ ਹੋ ਗਿਆ, ਅਕਾਲੀ ਦਲ ਦੇ ਵਿੱਚ ਚੱਲਣ ਵਾਲਿਆਂ ਨੂੰ ਵੀ ਅੰਦਾਜ਼ਾ ਹੋ ਗਿਆ ਕਿ ਬੰਦਾ ਕਿੱਡਾ ਵੀ ਵੱਡਾ ਹੋਵੇ ਜੇ ਉਹ ਅਕਾਲੀ ਦਲ ਦੇ ਪਲੇਟਫਾਰਮ ਤੋਂ ਲੜਦਾ ਹੈ। ਹੁਣ ਸਿਮਰਨਜੀਤ ਸਿੰਘ ਮਾਨ ਵੀ ਸਿੱਖ ਜਜ਼ਬਾਤ ਦੀ ਤਰਜਮਾਨੀ ਕਰਦੇ ਸੀ ਉਸ ਇਲੈਕਸ਼ਨ ਦੇ ਵਿੱਚ, ਉਹ ਤਾਂ ਜਿੱਤ ਗਏ, ਤੇ ਜਿਹੜੀ ਮੇਨ ਫੋਕਸ ਦੇ ਵਿੱਚ ਭਾਈ ਰਾਜੋਵਣਾ ਸੀ, ਉਹਨਾਂ ਦੀ ਭੈਣ, ਉਹ 5ਵੇਂ ਸਥਾਨ ਤੇ ਚਲੇ ਗਈ ਅਕਾਲੀ ਦਲ ਦੀ ਟਿਕਟ ਤੋਂ ਲੜ ਕੇ। ਇਹਦਾ ਮਤਲਬ ਹੈ ਕਿ ਅਕਾਲੀ ਦਲ ਦੇ ਪਲੇਟਫਾਰਮ ਤੋਂ ਜੇ ਕੋਈ ਆਏਗਾ ਤਾਂ ਉਹਦੇ ਤੇ ਯਕੀਨ ਨਹੀਂ ਕੀਤਾ ਜਾਂਦਾ। ਜੇ ਆਪਾਂ ਸਿੱਖ ਜਜ਼ਬਾਤ ਦੀ ਗੱਲ ਕਰੀਏ ਤਾਂ ਪੂਰੀ ਤਰ੍ਹਾਂ ਅਕਾਲੀ ਦਲ ਨੂੰ ਰੈਲੇਵੈਂਟ ਨਹੀਂ ਮੰਨਦੇ ਪਏ, ਕਿ ਕਿਉਂਕਿ ਇਹ ਮੰਨਿਆ ਹੀ ਜਾ ਰਿਹਾ ਨਾ। ਹੁਣ ਮੁੱਦਾ ਤਾਂ ਫਿਰ ਉਵੇਂ ਦਾ ਹੀ ਆ, ਜ਼ਰੂਰੀ ਨਹੀਂ ਹੈ ਕਿ ਅੰਮ੍ਰਿਤਪਾਲ ਸਿਮਰਨਜੀਤ ਸਿੰਘ ਮਾਨ ਵਰਗੀ ਉਹ ਸਥਿਤੀ ਬਣ ਜਾਏ, ਲੇਕਿਨ ਜੇਕਰ ਉਹ ਅਕਾਲੀ ਦਲ ਦੇ ਕੈਂਡੀਡੇਟ ਨਾਲੋਂ ਬਿਹਤਰ ਕਰ ਜਾਂਦੇ ਨੇ ਤਾਂ ਘੱਟੋ ਘੱਟ ਇਹ ਤਾਂ ਮੰਨ ਹੀ ਲਿਆ ਜਾਊਗਾ ਨਾ ਫਿਰ ਕਿ ਅਕਾਲੀ ਦਲ ਨੂੰ ਮੁੜ ਕੇ ਮੰਥਣ ਦੀ ਲੋੜ ਆ, ਸਮਝਣ ਦੀ ਲੋੜ ਆ ਕਿ ਆਖਿਰ ਗਲਤੀ ਕਿੱਥੇ ਕਿੱਥੇ ਹੋ ਰਹੀ ਹੈ, ਇਹ ਠੀਕ ਕਿਉਂ ਨਹੀਂ ਹੋ ਰਹੀ। ਨਹੀਂ, ਇਹ ਤਾਂ ਬੜੀ ਦੇਰ ਤੋਂ ਕਿਹਾ ਹੀ ਜਾ ਰਿਹਾ, ਅਕਾਲੀ ਦਲ ਦੇ ਅੰਦਰ ਆਪਣੀਆਂ ਕਮੇਟੀਆਂ ਕਹਿ ਰਹੀਆਂ ਨੇ, ਅਕਾਲੀ ਦਲ ਦੀ ਅੰਦਰੂਨੀ ਲੀਡਰਸ਼ਿਪ ਕਹਿ ਰਹੀ ਹੈ, ਸਾਰੇ ਕਿਸੇ ਕਿ ਕਾਫੀ ਕੁਝ ਸੋਚਣ ਵਾਲਾ, ਬੇਭਰੋਸਗੀ ਦਾ ਜਿਹੜਾ ਇੱਕ ਸੰਕਟ ਹੈ ਉਹਦੇ ਨਾਲ ਅਕਾਲੀ ਦਲ ਜੂਝ ਰਿਹਾ ਲਗਾਤਾਰ। ਭਰੋਸਾ ਮੁੜ ਕੇ ਬਹਾਲ ਕਿਵੇਂ ਹੋਵੇ, ਜਿਹੜਾ ਗਰਾਊਂਡ ਤੇ ਜਿਹੜਾ ਉਹਦਾ ਪਰਮਾਨੈਂਟ ਵੋਟ ਬੈਂਕ ਮੰਨਿਆ ਜਾਂਦਾ ਸੀ ਕਦੇ, ਉਹਦੇ ਚ ਜਿਹੜੀ ਨਾਰਾਜ਼ਗੀ ਹੈ ਉਹਨੂੰ ਦੂਰ ਕਿਵੇਂ ਕੀਤਾ ਜਾਵੇ, ਵੱਖ ਵੱਖ ਮਾਮਲਿਆਂ ਦੇ ਵਿੱਚ ਇਹ ਤਾਂ ਲਗਾਤਾਰਤਾ ਦੇ ਵਿੱਚ ਆਉਂਦਾ। ਅਕਾਲੀ ਨਾਲ ਦੂਜਾ ਪਾਸਾ ਵੀ ਹੈ, ਦੂਜਾ ਪਾਸਾ ਇਹ ਹੈ ਕਿ ਕਿਸੇ ਇੱਕ ਅੱਧੀ ਸੀਟ ਤੇ ਹੀ ਪੰਗਾ ਪੈਂਦਾ। ਅਕਾਲੀ ਦਲ ਨੇ 13 ਤੇ ਖੜੇ ਕੀਤੇ ਨੇ ਸਪੋਜ ਕਰੋ, ਬਾਕੀ 13 ਬੰਦੇ ਜਿਹੜੇ ਬਿਹਤਰ ਸਿੱਖ ਨੇ ਉਹ ਖੜੇ ਹੋ ਜਾਣ ਫਿਰ ਬਿਨਾਂ ਅਕਾਲੀ ਦਲ ਤੋਂ, ਉਹਨਾਂ ਨੂੰ ਕਿੰਨੀਆਂ ਵੋਟਾਂ ਪਾਉਂਦੇ ਨੇ, ਉੱਧਰ ਵੀ ਤਾਂ ਭਰੋਸਾ ਕਿੰਨਿਆਂ ਤੇ ਕੀ ਹੈ। ਤਾਂ ਇੱਕ ਸਿਮਰਜੀਤ ਮਾਨ ਕਿਉਂਕਿ ਲਗਾਤਾਰ ਲੜਦੇ ਆ ਰਹੇ ਨੇ, ਸਿਮਰਜੀਤ ਮਾਨ ਦੀ ਦੂਜੀ ਪਾਰਟੀ ਦੇ ਬੰਦੇ ਵੀ ਨੇ, 13 ਦੇ 13 ਨੂੰ ਵੋਟ ਪਾ ਦੇਣ ਲੋਕ ਫਿਰ, ਜੇਕਰ ਸਿਮਰਜੀਤ ਮਾਨ ਦੀ ਪਾਰਟੀ ਤੇ ਭਰੋਸਾ ਲੋਕਾਂ ਨੂੰ, ਉਹਨਾਂ ਨੇ ਤਾਂ ਖੜੇ ਵੀ ਕੀਤੇ, ਬਾਕੀ ਜਗ੍ਹਾ ਵੀ ਖੜੇ ਕੀਤੇ, ਅਸੈਂਬਲੀ 'ਚ ਵੀ ਬਥੇਰੇ ਬੰਦੇ ਖੜੇ ਕੀਤੇ, ਬਾਕੀ ਜਗ੍ਹਾ ਵੀ ਖੜੇ ਕੀਤੇ। ਇਸੇ ਤਰ੍ਹਾਂ ਜਿਹੜੀ ਦੂਜੀ ਸਟ੍ਰੀਮ ਹੈ, ਜਿਹੜੇ ਲੋਕ ਕਹਿੰਦੇ ਨੇ ਅਕਾਲੀ ਦਲ ਨਹੀਂ ਹੈ, ਉਹਦੇ ਪੈਰਲਲ ਜਿਹੜੇ ਪੰਥਕ ਸੰਗਠਨ ਨੇ ਜਿਹੜੇ ਕਹਿ ਰਹੇ ਨੇ ਕਿ ਇਹਦੀ ਬਜਾਏ ਆਹ ਹੋਣਾ ਚਾਹੀਦਾ, ਉਹ ਇਕੱਠੇ ਹੋ ਕੇ ਕੋਈ 13 ਸੀਟਾਂ ਲੜ ਲੈਣ, ਔਰ 13 ਸੀਟਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਜਾਏ, ਜੇ ਉਹਨਾਂ ਨੂੰ ਪਾਉਂਦੇ ਨੇ ਤਾਂ ਉਹਨਾਂ ਨੂੰ ਪਾ ਲੈਣ। ਲੀਡਰਲੈਸ ਪੰਥਕ ਸਫਾਂ ਦੇ ਵਿੱਚ ਲੀਡਰਸ਼ਿਪ ਦਾ ਓਵਰਆਲ ਕ੍ਰਾਈਸਿਸ ਹੈ। ਅਕਾਲੀ ਦਲ ਤਾਂ ਸੰਕਟ ਦੇ ਵਿੱਚ ਹੈ ਕਿਉਂਕਿ ਅਕਾਲੀ ਦਲ ਬੜੇ ਲੰਮਾ ਸਮਾਂ ਇੱਕ ਦਾਅਵੇਦਾਰੀ ਕਰਦਾ ਰਿਹਾ ਔਰ ਉਹਨਾਂ ਦੀ ਅਗਵਾਈ ਕਰਦਾ ਵੀ ਰਿਹਾ, ਇਸ ਮੇਨ ਪਾਰਟੀ ਚ ਬੇਭਰੋਸਗੀ ਦਾ ਆਲਮ ਆ ਗਿਆ। ਬਾਕੀ ਨੇ ਵੀ ਭਰੋਸਾ ਰਿਟੇਨ ਨਹੀਂ ਕੀਤਾ ਲੋਕਾਂ ਦਾ ਕਿਸੇ ਨੇ, ਜਿਹੜੇ ਬਾਕੀ ਦੇ ਲੋਕ ਵੀ ਕਿਸੇ ਨਾ ਕਿਸੇ ਰੂਪ ਚ ਆਏ। ਸਰਮੀਤ ਸਿੰਘ ਜੀ, ਇੱਕ ਸਵਾਲ ਤਾਂ ਅਕਾਲੀ ਦਲ ਵੱਲ ਤਾਂ ਵੱਡਾ ਹੋ ਜਾਂਦਾ ਨਾ ਕਿ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹਨਾਂ ਨੇ ਲੀਡਰਸ਼ਿਪ ਪੈਦਾ ਕਰਨੀ ਸੀ। ਜਦੋਂ ਕੋਈ ਪੋਲੀਟੀਕਲ ਸੈਟਅਪ ਦੇ ਵਿੱਚ ਹੁੰਦਾ ਹੈ, ਨਾਲ ਨਾਲ ਸਮਾਨਾਂਤਰ ਕੁਝ ਲੋਕ ਹੋਰ ਆਉਂਦੇ ਰਹਿੰਦੇ ਆ, ਕੁਝ ਜਾਂਦੇ ਰਹਿੰਦੇ ਆ, ਕੁਝ ਆਉਂਦੇ ਰਹਿੰਦੇ ਆ, ਸੋ ਟੋਟਲ ਨਿਜਪ੍ਰਸਤ ਤੱਕ, ਪਰਿਵਾਰਵਾਦ ਤੱਕ ਇਹ ਸਾਰਾ ਕੁਝ ਇੰਨਾ ਸਿਮਟ ਗਿਆ
ਕਿ ਪੂਰੇ ਇਸ ਖਿੱਤੇ ਦੀ ਰਾਜਨੀਤੀ ਵਿੱਚ, ਸਿੱਖ ਬਾਲ ਰਾਜਨੀਤੀ ਦੇ ਵਿੱਚ ਕੋਈ ਇੱਕ ਬੰਦਾ ਹੀ ਨਹੀਂ ਬਚਿਆ। ਮਤਲਬ ਜਿਹੜੇ ਇਹਨਾਂ ਤੋਂ ਬਾਹਰਲੇ ਹੈਗੇ ਉਹ ਵੀ ਇਹਨਾਂ ਚੋਂ ਕਿਸੇ ਨਾ ਕਿਸੇ ਸਮੇਂ ਨਿਕਲੇ ਆ, ਜਾਂ ਇਹਨਾਂ ਦੇ ਨਾਲ ਕਿਸੇ ਸਮੇਂ ਤੁਰੇ ਆ, ਉਹਨਾਂ ਦੀ ਕ੍ਰੈਡ੿ਬਿਲਿਟੀ ਵੀ ਉਸੇ ਹੀ ਪੱਧਰ ਤੇ ਆ, ਲੋਕ ਉਹਨਾਂ ਤੇ ਵੀ ਯਕੀਨ ਨਹੀਂ ਕਰਦੇ। ਸਿੱਖ ਲੀਡਰਸ਼ਿਪ ਦਾ ਸੰਕਟ ਸਭ ਤੋਂ ਵੱਡਾ, ਤੁਸੀਂ ਜਿਵੇਂ ਪਹਿਲਾਂ ਗੱਲ ਕੀਤੀ। ਮੈਨੂੰ ਲੱਗਦਾ ਲੀਡਰਸ਼ਿਪ ਦਾ ਤਾਂ ਓਵਰਆਲ ਕੰਟਰੀ 'ਚ ਕ੍ਰਾਈਸਿਸ ਹੈ। ਆ ਮੋਦੀ ਉਹਨਾਂ ਤੋਂ ਬਾਅਦ ਬੀਜੇਪੀ ਦਾ ਕੋਈ ਲੀਡਰ ਨਹੀਂ ਬਚਦਾ। ਤੁਸੀਂ ਦੇਖਣਾ ਬੀਜੇਪੀ 'ਚ ਵੀ ਆਜੂ, ਕਾਂਗਰਸ ਨੇ ਜਿਵੇਂ ਲੀਡਰਸ਼ਿਪ ਮਾਰੀ ਆ ਰੀਜਨਲ, ਉਹਦੇ 'ਚ ਵੀ ਇਹੀ ਕ੍ਰਾਈਸਿਸ ਹੈ ਲਗਾਤਾਰ। ਹੁਣ ਕਿੰਨੇ ਥਾਵਾਂ ਤੇ ਤੁਹਾਨੂੰ ਨਹੀਂ ਮਿਲ ਰਿਹਾ, ਆਮ ਆਦਮੀ ਪਾਰਟੀ ਨੂੰ ਸਾਰੇ ਕੈਂਡੀਡੇਟ ਖੜੇ ਕਰਨੇ ਪੈ ਰਹੇ ਨੇ, ਆਪਦੇ 5 ਮੰਤਰੀ ਤੇ 3 ਦੂਜੇ 5 ਬਾਹਰੋਂ ਲਿਆ ਕੇ। ਲੀਡਰਸ਼ਿਪ ਕਿੱਥੇ ਹੈ? ਪੰਜਾਬ ਲੀਡਰਲੈਸ ਹੈ ਮੈਨੂੰ ਲੱਗਦਾ, ਤੇ ਦੇਸ਼ ਵੀ ਲੀਡਰਲੈਸ ਵਰਗਾ ਬਣਦਾ ਜਾ ਰਿਹਾ। ਜੋ ਮਰਜ਼ੀ ਮੋਦੀ ਨੂੰ ਕਹੋ, ਲੀਡਰ ਇਕੱਲਾ ਨਹੀਂ ਹੁੰਦਾ। ਲੀਡਰਾਂ ਦੀ ਇੱਕ ਟੀਮ ਚਾਹੀਦੀ ਹੈ ਜਿਹੜੀ ਇੱਕ ਬੈਲੈਂਸ ਵੀ ਰੱਖੇ ਤੇ ਬਾਕੀ ਦਾ ਵੀ ਸਵਾਲ ਰੱਖੇ। ਇਸ ਲਈ ਖਾਸ ਤੌਰ ਤੇ ਜੇ ਪੰਜਾਬ ਦੀ ਗੱਲ ਕਰੀਏ, ਪੰਥਕ ਸਭਾ ਦੀ ਗੱਲ ਕਰੀਏ, ਤਾਂ ਜਿਹੜਾ ਉੱਥੇ ਪੰਚ ਪ੍ਰਧਾਨੀ ਦਾ, ਜਿਹੜਾ ਉੱਥੇ ਸੰਗਤ ਦਾ, ਜਿਹੜਾ ਉੱਥੇ ਇੱਕ ਮਰਿਆਦਿਤ ਇੱਕ ਤਰੀਕਾਕਾਰ ਸੀ ਫੈਸਲੇ ਲੈਣ ਦਾ, ਉਹ ਛੱਡਿਆ ਜਾ ਚੁੱਕਿਆ। ਜੇਕਰ ਉਹ ਅਪਣਾਇਆ ਜਾਵੇ ਤਾਂ ਉਹਦੇ ਚੋਂ ਲੀਡਰਸ਼ਿਪ ਮਰਜ ਹੁੰਦੀ। ਉਹ ਬਹੁਤ ਦੇਰ ਦਾ ਫਿਰ ਹੁਣ ਫੈਮਿਲੀ ਰੂਲ ਹੋ ਗਏ, ਇੰਡੀਵਿਜੁਅਲ ਰੂਲ ਹੋ ਗਏ। ਜਦੋਂ ਤੁਸੀਂ ਤਰੀਕਾ ਛੱਡ ਦਿੰਦੇ ਹੋ, ਟੀਮ ਬਣੂਗੀ ਕਿਵੇਂ? ਟੀਮ ਵਾਲਾ ਤਾਂ ਤਰੀਕਾ ਹੀ ਖਤਮ ਹੋ ਗਿਆ, ਸੰਵਾਦ ਵਾਲਾ ਤਰੀਕਾ ਖਤਮ ਹੋ ਗਿਆ। ਸੀਈਓ ਕਲਚਰ ਲੈ ਕੇ ਆਉਣਾ ਅਸੀਂ ਸਾਰੀਆਂ ਪਾਰਟੀਆਂ ਦੇ ਵਿੱਚ, ਜਿਹੜਾ ਟਾਪ ਬੌਸ ਬੈਠਾ ਇਹਨੂੰ ਇੱਥੋਂ ਲਾਹ ਤਾ, ਉਂਗਲਾਂ ਲਾਉਣੀਆਂ ਇਹਨੂੰ ਉੱਤੇ ਰੱਖ ਤਾ, ਉਵੇਂ ਨਹੀਂ ਨਾ ਲੀਡਰਸ਼ਿਪ ਮਰਜ ਜਾਂ ਲੀਡਰਸ਼ਿਪ ਮੋਰਚਿਆਂ ਚੋਂ ਅੰਦੋਲਨਾਂ ਚੋਂ ਮਰਜ ਹੁੰਦੀ ਹੈ। ਹੁਣ ਕਿੰਨਾ ਚਿਰ ਹੋ ਗਿਆ ਅਕਾਲੀ ਦਲ ਚਾਹੇ ਆਪੋਜੀਸ਼ਨ 'ਚ ਵੀ ਹੈ, ਕੋਈ ਵੱਡਾ ਮੋਰਚਾ, ਕੋਈ ਅੰਦੋਲਨ, ਕੋਈ ਦਿਖਾਈ ਦਿੱਤਾ? ਔਰ ਲਗਾਤਾਰਤਾ ਦੇ ਵਿੱਚ ਵੀ ਉਹ ਨਹੀਂ ਹੈ। ਹੁਣ ਚੋਣਾਂ ਵੇਲੇ ਸਰਗਰਮੀ ਹੁੰਦੀ ਹੈ ਸਭ ਪਾਰਟੀਆਂ ਦੀ। ਇੱਕ ਜ਼ਮਾਨੇ ਤੱਕ ਇਹ ਵੀ ਰਿਹਾ ਅਕਾਲੀਆਂ ਬਾਰੇ ਕਿ ਜਦ ਇਹ ਹੇਠਾਂ ਹੁੰਦੇ ਨੇ ਉਦੋਂ ਮੋਰਚਾ ਲਾ ਦਿੰਦੇ ਨੇ, ਜਦੋਂ ਸੱਤਾ 'ਚ ਹੁੰਦੇ ਨੇ ਉਦੋਂ ਲੜ ਕੇ ਸਰਕਾਰ ਤੋੜ ਲੈਂਦੇ ਨੇ। ਪਰ ਉਹਦੇ 'ਚ ਵੀ ਆਪਦੇ ਆਪ 'ਚ ਇੱਕ ਚੰਗੀ ਗੱਲ ਤਾਂ ਸੀਗੀ ਨਾ, ਫਿਰ ਇਕੱਠੇ ਤਾਂ ਮੋਰਚੇ 'ਚ ਤਾਂ ਹੁੰਦੇ ਸੀ, ਮੋਰਚਾ ਦੁਬਾਰਾ ਲਾਉਂਦੇ ਸੀ, ਨਵੀਂ ਲੀਡਰਸ਼ਿਪ ਵੀ ਮਰਜ ਹੁੰਦੀ ਸੀ। ਹੁਣ ਉਹ ਤੌਰ ਤਰੀਕੇ ਹੀ ਸਾਰੇ ਖਤਮ ਹੋ ਗਏ ਅਸਲ ਦੇ ਵਿੱਚ, ਜਿਹਦੇ ਕਰਕੇ ਇਹ ਪ੍ਰੋਬਲਮ ਲਗਾਤਾਰ ਪ੍ਰਵੇਲ ਕਰ ਰਹੀ ਹੈ, ਲਗਾਤਾਰ ਵੱਧ ਰਹੀ ਹੈ, ਉਹ ਠੀਕ ਨਹੀਂ ਹੋ ਰਹੀ। ਉਹਨੂੰ ਇਹ ਕਹਿੰਦੇ ਨੇ ਮਾਡਰਨਿਜ਼ਮ ਆ ਗਿਆ ਸੀ। ਮਾਡਰਨਾਈਜੇਸ਼ਨ ਇਹ ਨਹੀਂ ਹੁੰਦੀ, ਮਾਡਰਨਾਈਜੇਸ਼ਨ ਤਾਂ ਵਿਚਾਰਾਂ 'ਚ ਵੀ ਹੁੰਦੀ ਹੈ। ਮਾਡਰਨਾਈਜੇਸ਼ਨ ਜੇ ਕੋਈ ਚੰਗੇ ਢੰਗ ਤਰੀਕੇ ਨੇ ਹਰ ਤਰੀਕਾ ਛੱਡ ਦੇਣਾ ਮਾਡਰਨਾਈਜੇਸ਼ਨ ਦੇ ਨਾਂ ਤੇ, ਇਹ ਵੀ ਕੋਈ ਬਾਹਲੀਆਂ ਚੰਗੀਆਂ ਗੱਲਾਂ ਨਹੀਂ ਹੁੰਦੀਆਂ। ਜਦੋਂ ਕਿਸੇ ਜਗ੍ਹਾ ਦੇ ਉੱਤੇ ਖਾਲੀਪਣ ਹੁੰਦਾ ਹੈ ਤਾਂ ਉਹਨੂੰ ਭਰਨ ਲਈ ਯਤਨ ਵੀ ਹੁੰਦੇ ਆ, ਭਾਵੇਂ ਉਹ ਥੋੜੇ ਜੇ ਗਰਮ ਖਿਆਲ ਵਾਲੇ ਲੋਕ ਆ ਜਾਣ, ਭਾਵੇਂ ਉਹਦੇ ਵਿੱਚ ਕੋਈ ਦੂਜੀ ਪਾਰਟੀ, ਜਿਹੜੀ ਪਾਰਟੀ ਦਾ ਉੱਥੇ ਜ਼ਿਆਦਾ ਕੋਈ ਆਧਾਰ ਨਾ ਵੀ ਹੋਵੇ। ਮੈਂ ਇਸੇ ਤਰ੍ਹਾਂ ਦੀ ਕੱਲ੍ਹ ਪ੍ਰੈਸ ਕਾਨਫਰੰਸ ਸੁਣ ਰਿਹਾ ਸੀਗਾ, ਜਿਹਦੇ ਵਿੱਚ ਹਰਜੀਤ ਸਿੰਘ ਗਰੇਵਾਲ ਜਿਹੜੇ ਬੀਜੇਪੀ ਦੇ ਪੁਰਾਣੇ ਆਗੂ ਨੇ, ਸੀ ਵਿਨੀਤ ਜੋਸ਼ੀ ਸੀਗੇ, ਔਰ ਉਹਨਾਂ ਦਾ ਫੋਕਸ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਉਹ ਬਿਆਨ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ। ਜਦੋਂ ਉਹ ਦਿੱਲੀ ਦੇ ਵਿੱਚ 6 ਤੋਂ ਜ਼ਿਆਦਾ ਦਿੱਲੀ ਕਮੇਟੀ ਦੇ ਮੈਂਬਰ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੁੰਦੇ, 1,000-1,500 ਬੰਦਾ ਨਾਲ ਹੁੰਦਾ, ਵੱਖ ਵੱਖ ਅਹੁਦੇਦਾਰ ਰਹੇ, ਕਦੇ ਅਕਾਲੀ ਦਲ ਦਾ ਹਿੱਸਾ ਰਹੇ ਬੰਦੇ, ਸਾਰੇ ਬੀਜੇਪੀ 'ਚ ਸ਼ਾਮਿਲ ਹੁੰਦੇ, ਤੇ ਉਸ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਸੀਗਾ ਕਿ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦਖਲ ਨਾ ਦੇਵੇ, ਸਿੱਖ ਸੰਸਥਾਵਾਂ ਦੇ ਵਿੱਚ, ਸਾਡੇ ਧਰਮ ਦੇ ਵਿੱਚ, ਰਾਜ ਧਰਮੀ ਰਾਜਨੀਤੀ 'ਚ ਦਖਲ ਨਾ ਦੇਵੇ। ਉਹਦਾ ਜਵਾਬ ਦੇ ਰਹੇ ਸੀਗੇ, ਔਰ ਗਰੇਵਾਲ ਸਾਹਿਬ ਨੇ ਜਦੋਂ ਉਹਦਾ ਜਵਾਬ ਦਿੱਤਾ ਹੈ ਤਾਂ ਉਹ ਕਹਿ ਰਹੇ ਕਿ ਧਾਮੀ ਸਾਹਿਬ ਸਾਡੇ ਮੂੰਹ ਨਾ ਖਿਲਾਓ, ਸਾਨੂੰ ਮਜਬੂਰ ਨਾ ਕਰੋ ਵੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਸੋਚੀਏ। ਔਰ ਇਹ ਕਾਫੀ ਜ਼ਿਆਦਾ ਅਹਿਮ ਬਿਆਨ ਆ। ਇਹ ਉਹ ਦੋ ਧਰਾਵਾਂ ਨੇ ਜਿਹੜੀਆਂ ਇਕੱਠੀਆਂ ਚੱਲਦੀਆਂ ਸੀ, ਇਹ ਬਗਲ ਕੀ ਰਹੀਆਂ, ਇਹ ਇਕੱਠੀਆਂ ਚੱਲੀਆਂ, ਇਹਨਾਂ ਨੇ ਇੱਕ ਦੂਜੇ ਦੇ ਹਿੱਤ ਪੂਰੇ, ਇਹਨਾਂ ਨੇ ਇਸ ਖਿੱਤੇ ਦੀ ਰਾਜਨੀਤੀ ਵਿੱਚ ਸਿੱਖ ਮਾਨਸਿਕਤਾ ਜਿਹੜੀ ਹੈ ਲੀਡਰਸ਼ਿਪ ਦੇ ਨਜ਼ਰੀਏ ਤੋਂ, ਸਾਰਾ ਜੋ ਅੱਜ ਖਲਾ ਹੈ, ਜੋ ਅੱਜ ਖਾਲੀਪਣ ਹੈ, ਉਹ ਸਾਰਾ ਇਹਨਾਂ ਦੇ ਸਾਂਝੇ ਉਦਮਾਂ ਦੇ ਵਿੱਚੋਂ ਹੀ ਹੈ। ਹੁਣ ਜੇ ਬੀਜੇਪੀ ਇਸ ਤਰ੍ਹਾਂ ਦੀ ਗੱਲ ਕਰ ਰਹੀ ਹੈ ਤਾਂ ਸਹਿਮੀਰ ਸਿੰਘ ਜੀ, ਨੋ ਡਾਊਟ ਕਿ ਹਰ ਕੋਈ ਇਸ ਵੈਕਿਊਮ ਨੂੰ ਭਰਨ ਲਈ ਕਾਲਾ ਹੈ, ਸਿੱਖ ਰਜੀਮ ਦੇ ਵਿੱਚ ਇਸ ਸੈਂਟੀਮੈਂਟ ਦੀ ਤਰਜਮਾਨੀ ਕਰਨ ਨੂੰ ਕਾਲਾ ਹੈ। ਹਾਲਾਂਕਿ ਸਿੱਖ ਜਜ਼ਬਾਤ ਕਿਹਨੂੰ ਅਜੇ ਤੱਕ ਪ੍ਰਵਾਨ ਕਰਦੇ ਆ, ਮੈਂ ਤਾਂ ਦੁਹਾਕੇ ਦੇ ਵਿੱਚ ਕਿਸੇ ਨੂੰ ਖਾਸ ਦੇਖਿਆ ਨਹੀਂ, ਇਹਨੂੰ ਤੁਸੀਂ ਕਿਵੇਂ ਲੈ ਰਹੇ ਹੋ?
ਬਿਲਕੁਲ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵੱਡੀ ਸੰਸਥਾ ਹੈ, ਬਹੁਤ ਕੁਰਬਾਨੀਆਂ ਨਾਲ ਆਈ ਸੀ, ਤੇ ਉਹਨੇ ਡੈਮੋਕ੍ਰੇਸੀ ਦਾ ਵੀ ਇੱਕ ਲੈਵਲ ਸਿਰਜਿਆ ਸੀ, ਔਰਤਾਂ ਨੂੰ ਬਰਾਬਰ ਦਾ ਹੱਕ ਪਹਿਲਾਂ ਦਿੱਤਾ ਸਭ ਤੋਂ ਜ਼ਿਆਦਾ, ਜਦੋਂ ਪੋਲੀਟੀਕਲ ਫੀਲਡ ਦੇ ਵਿੱਚ ਬਾਅਦ ਦੇ ਵਿੱਚ ਆਉਂਦਾ ਹੈ ਬਾਕੀ ਚੀਜ਼ਾਂ ਨੇ। ਔਰ ਲਗਾਤਾਰ ਕਾਂਗਰਸ ਨੇ ਵੀ ਦਾਦੀ ਤਾਂ ਇੱਕ ਹਿੱਸਾ ਜਿਹੜੇ ਸਿੱਖ ਸੀਗੇ ਉਦੋਂ ਸਾਧ ਸੰਗਤ ਬੋਰਡ ਬਣਿਆ, ਬੜ ਬਾਰ ਟਰਾਈ ਹੋਈ, ਕਈ ਵਾਰ ਟਰਾਈਆਂ ਹੋਈਆਂ ਉਸ ਲੈਵਲ ਤੇ ਜਾ ਕੇ, ਜੀ ਤੇ ਹੁਣ ਜੇ ਬੀਜੇਪੀ ਬੀਜੇਪੀ ਕਿਹੜਾ ਸਿੱਖ ਤਾਂ ਇਸ ਤਰ੍ਹਾਂ ਹੀ ਕਹਿ ਰਹੇ ਨੇ, ਮਤਲਬ ਧਾਮੀ ਸਾਹਿਬ ਜਾਂ ਬਾਕੀ ਵੀ ਮੀਰੀ ਪੀਰੀ ਦਾ ਸੰਕਲਪ ਹੈ, ਸਾਡੇ ਤਾਂ ਧਰਮ ਰਾਜਨੀਤੀ ਇਕੱਠੇ ਚੱਲਦੇ ਨੇ ਇਸ ਲੈਵਲ ਦੇ ਉੱਤੇ। ਜੀ ਹਾਲਾਂਕਿ ਬੀਜੇਪੀ ਵੀ ਤਾਂ ਧਾਰਮਿਕ ਤੌਰ ਤੇ ਉਹ ਆਪਦੇ ਆਪ ਨੂੰ ਕਲੀਅਰ ਕਹਿੰਦੀ ਹੈ ਕਿ ਅਸੀਂ ਬਿਲਕੁਲ ਮੈਜੋਰਿਟੇਰੀਅਨ ਰਿਲੀਜਨ ਦੀ ਰਿਪ੍ਰੈਜੈਂਟ ਕਰ ਰਹੇ ਹਾਂ, ਹਿੰਦੂ ਆ ਨਹੀਂ ਕਰ ਸਕਦਾ, ਆ ਨਹੀਂ ਕਰ ਸਕਦਾ, ਕ੍ਰਾਈਮ ਦੇ ਮਾਮਲੇ 'ਚ ਵੀ ਤੁਸੀਂ ਬੜੀ ਵਾਰ ਬਿਆਨ ਦੇ ਦਿੰਦੇ ਹੋ ਕਿ ਉਹ ਇਹ ਨਹੀਂ ਕਰ ਸਕਦੇ, ਆ ਕਰਨਾ, ਉਹਦਾ ਤਾਂ ਸੱਭਿਆਚਾਰੀ ਹੋਰ ਆ, ਉਹ ਇੱਕ ਜੀਵਨ ਜਾਂਚ ਹੈ ਅਸਲ ਦੇ ਵਿੱਚ, ਕੋਈ ਧਰਮ ਨਹੀਂ ਹੈ, ਉਹ ਵੀ ਉਧਰ ਲੈਵਲ ਤੇ। ਫਿਰ ਜਿਹੜਾ ਕੰਬਾਈਂਡ ਕੀਤਾ ਇਹਨਾਂ ਨੇ ਜਦੋਂ ਇਕੱਠੇ ਹੋਏ ਨੇ, ਇੱਕ ਲੈਵਲ ਦੀ ਇਹ ਗੱਲ ਮੰਨੀ ਦੋਨੇ ਧਿਰਾਂ ਨੇ, ਜਿਵੇਂ ਅਕਾਲੀ ਦਲ ਸਿੱਖਾਂ ਦੀ ਪ੍ਰਤੀ ਨੇ ਤਾਂ ਉਹ ਹਿੰਦੂਆਂ ਦੀ ਹੈ, ਭਾਈਚਾਰਕ ਸਾਂਝ ਹੋਊਗੀ ਜੀ ਪੰਜਾਬ ਵਿੱਚ ਤੁਹਾਡੀ ਦੋਨਾਂ ਦੀ, ਪੋਲੀਟੀਕਲ ਸਾਂਝ ਦੀ ਬਜਾਏ ਉਹਨੂੰ ਤੁਸੀਂ ਭਾਈਚਾਰਕ ਸਾਂਝ ਦਾ ਨਾਮ ਦਿੱਤਾ, ਇੱਕ ਇੱਕ ਤਬਕੇ ਨੂੰ ਰਿਪ੍ਰੈਜੈਂਟ ਕਰਦੀ ਦਿਖਾਈ ਤੁਸੀਂ, ਦੂਜੀ ਦੂਜੇ ਨੂੰ ਦਿਖਾਈ, ਜੀ ਔਰ ਉਹ ਭਾਈਚਾਰਕ ਸਾਂਝ ਦੇ ਵਿੱਚੋਂ ਫਿਰ ਜਦ ਦੋਨਾਂ ਨੇ ਹੁਣ ਫੈਸਲਾ ਕੀਤਾ, ਉਹ ਕਹਿੰਦਾ ਮੈਂ ਇੱਕ ਸਾਈਡ ਦੀ ਨਹੀਂ ਪਾਰਟੀ ਰਹਿਣਾ, ਮੈਂ ਸਿੱਖਾਂ ਚੋਂ ਵੀ ਲੈ ਕੇ ਜਾਊਂਗਾ ਬੰਦੇ, ਤੇ ਅਕਾਲੀ ਦਲ ਵੀ ਉਧਰੋਂ ਗਿਆ, ਤੇ ਅਕਾਲੀ ਦਲ ਨੇ ਦੂਜੇ ਪਾਸੇ ਵੀ ਬੰਦੇ ਪੈਣ ਪੰਜਾਬ ਪਾਰਟੀ ਬਣਨ ਦਾ, ਬਾਕੀ ਧਰਮਾਂ ਦੀਆਂ ਪਾਰਟੀ ਬਣਨ ਦਾ ਵੀ ਦੋਨੇ ਧਿਰਾਂ ਨੇ ਕੀਤਾ। ਜਾਂ ਤਾਂ ਤੁਸੀਂ ਇਹ ਮੰਨ ਕੇ ਚੱਲੋ ਵੀ ਹਰ ਇੱਕ ਦਾ ਰਾਈਟ ਹੈ ਜਿਹੜਾ ਜਿੱਦਾਂ ਮਰਜ਼ੀ ਜਾਏ, ਤੇ ਪਾਰਟੀਆਂ ਆਪੋ ਆਪਣੇ ਤਰੀਕੇ ਨਾਲ ਕਰਨਗੀਆਂ ਹੀ ਕੰਮ, ਤੇ ਜਾਂ ਫਿਰ ਤੁਸੀਂ ਇਹ ਜਾਓ ਕਿ ਧਾਰਮਿਕ ਖੇਤਰ ਦੇ ਵਿੱਚ ਬੰਦੇ ਅਲੱਗ ਰੱਖੋ, ਉਹਨਾਂ ਨੂੰ ਪੋਲੀਟੀਕਲ ਖੇਤਰ 'ਚ ਡਾਇਰੈਕਟ ਨਾ ਲਿਆਓ, ਤੇ ਅਲੱਗ ਅਲੱਗ SGPC 'ਚ ਜਿਹੜੇ ਜਾਣਾ, ਪਿੱਛੇ ਇੱਕ ਗੱਲਾਂ ਵੀ ਚੱਲੀਆਂ ਸੀ, ਭਾਈ ਅਸ਼ੋਕ ਸਿੰਘ ਬਾਗੜੀਆਂ ਬਾਰ ਬਾਰ ਲਿਖਦੇ ਰਹਿੰਦੇ ਨੇ ਵੀ ਗੁਰਦੁਆਰਿਆਂ 'ਚੋਂ ਸਿਆਸਤ ਕੱਢੋ, ਔਰ ਈਵਨ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਜਿਹੜਾ ਅਕਾਲੀ ਦਲ ਅਲੱਗ ਬਣਾਇਆ ਸੀ, ਇਹਨਾਂ ਦਾ ਇੱਕ ਏਜੰਡਾ ਇਹ ਵੀ ਸੀ ਕਿ ਜਿਹੜਾ SGPC ਦੇ ਇਲੈਕਸ਼ਨ ਲੜੂਗਾ ਉਹ ਫਿਰ ਪੋਲੀਟੀਕਲ ਇਲੈਕਸ਼ਨ ਨਹੀਂ ਲੜੂਗਾ, ਜਿਹੜਾ ਪੋਲੀਟੀਕਲ ਲੜੂਗਾ ਉਹ SGPC 'ਚ ਨਹੀਂ ਜਾਏਗਾ, ਇਹਨਾਂ ਨੂੰ ਅਸੀਂ ਐਂ ਠੀਕ ਉਹ ਕਰਨਾ, ਪਰ ਉਹ ਚੀਜ਼ਾਂ ਤਾਂ ਨਹੀਂ ਹੋ ਰਹੀਆਂ। ਤੇ ਹੁਣ ਬੀਜੇਪੀ ਦਾ ਬਿਲਕੁਲ ਗੱਲ ਇਹ ਹੈ ਕਲੀਅਰ ਕੱਟ, ਇਹ ਇੱਕ ਚੁਣੌਤੀ ਵੀ ਹੈ, ਚੇਤਾਵਨੀ ਵੀ ਹੈ, ਮੈਨੂੰ ਲੱਗਦਾ ਉਹ ਗੱਲ ਤਾਂ ਉੱਪਰ ਸਾਹਮਣੇ ਆਉਂਦੀ ਹੈ ਜਦੋਂ ਤੁਸੀਂ ਉਹ ਕਰਨ ਲੱਗ ਜਾਂਦੇ ਹੋ। ਤੁਸੀਂ ਜਿਸ ਢੰਗ ਦੇ ਨਾਲ ਹਰਿਆਣਾ ਦੀ ਕਮੇਟੀ, ਜਿਸ ਢੰਗ ਦੇ ਨਾਲ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਆਪਣੇ ਪੋਲੀਟੀਕਲ ਮਤਲਬ ਹਿੱਤਾਂ ਦੇ ਲਈ ਵਰਤ ਰਹੀ ਹੈ, ਤਾਂ ਫਿਰ ਪੰਜਾਬ ਦੇ ਵਿੱਚ ਵੀ ਜੇ ਉਹ SGPC ਲੜਨ ਨੂੰ ਉਹ ਕਹਿੰਦੇ ਸਾਨੂੰ ਮਜਬੂਰ ਨਾ ਕਰੋ, ਮਜਬੂਰ ਕਰਨਾ ਨਾ ਕਰਨਾ ਇਹਦਾ ਮਤਲਬ ਤੁਸੀਂ ਇਹਦੇ ਲਈ ਥੋੜੀ ਕਹੋਗੇ ਕਿ ਤੁਹਾਨੂੰ ਮਜਬੂਰ ਕਰ ਰਹੇ ਹਾਂ, ਉੱਥੇ ਤੁਹਾਨੂੰ ਮਜਬੂਰ ਕੀਤਾ ਸੀ ਕਿਸੇ ਨੇ ਦਿੱਲੀ ਦੀ ਕਮੇਟੀ ਦੇ ਵਿੱਚ ਜਾਂ ਹਰਿਆਣੇ ਦੀ ਕਮੇਟੀ ਦੇ ਵਿੱਚ, ਮਜਬੂਰੀ ਨਹੀਂ ਹੁੰਦੀ, ਇਹਦਾ ਮਤਲਬ ਇੱਕ ਅਪਰੋਚ ਹੁੰਦੀ ਹੈ, ਉਸ ਅਪਰੋਚ ਦੇ ਵਿੱਚ ਇਹਦਾ ਮਤਲਬ ਬੀਜੇਪੀ ਸਿੱਖਾਂ ਦੇ ਇੱਕ ਖਾਸ ਵਰਗ ਨੂੰ ਜਿਹਨਾਂ ਨੂੰ ਉਹ ਲਿਆ ਵੀ ਰਹੀ ਹੈ, ਜਿਹਨਾਂ ਨੂੰ ਉਹ ਕੈਂਡੀਡੇਟ ਵੀ ਬਣਾ ਰਹੀ ਹੈ, ਉਦੋਂ ਬਾਅਦ ਉਹ ਕਹੂ ਵੀ ਇਹਨਾਂ ਦਾ ਮਾਮਲਾ ਜੀ, ਸਿੱਖ ਸਾਡੇ 'ਚ ਆਏ ਨੇ, ਸਿੱਖਾਂ ਦਾ ਹੱਕ ਹੈ ਇਲੈਕਸ਼ਨ ਲੜਨਾ, ਇਹ ਗੱਲ ਵਾਜਬ ਵੀ ਹੈ ਇੱਕ ਲੈਵਲ ਤੇ, ਵਾਜਬ ਹੈ ਕਿ ਜਿਹੜੇ ਸਿੱਖ ਨੇ, ਕੋਈ ਕਾਂਗਰਸੀ ਨੇ, ਕੋਈ ਸਿੱਖ ਕਾਮਰੇਡ ਨੇ, ਕੋਈ ਸਿੱਖ ਆਪਦੇ ਆਪ 'ਚ ਇਹ ਕਹਾਉਂਦਾ ਵੀ ਮੈਂ BJP ਨਾਲ ਆ, ਸਿੱਖ ਅਕਾਲੀ ਦਲ ਨਾਲ ਨੇ, ਕਿਸੇ ਨਾਲ, ਹਰ ਸਿੱਖ ਦਾ ਤਾਂ ਫਿਰ ਵੋਟ ਪਾਉਣ ਦਾ ਵੀ ਰਾਈਟ ਹੈ ਤੇ ਖੜੇ ਹੋਣ ਦਾ ਵੀ ਰਾਈਟ ਹੈ ਨਾ, ਜੇਕਰ ਕਿਸੇ ਵੀ ਸੰਸਥਾ 'ਚ ਤੁਸੀਂ ਦਿਓਗੇ, ਉਹ ਤਾਂ ਕੋਈ ਵੀ ਹੋਇਆ, ਤੇ ਫਿਰ ਉਹਦੇ 'ਚ ਇਹ ਹੁੰਦਾ ਵੀ ਮੈਨੂੰ ਲੱਗਦਾ ਕਿ ਪੋਲੀਟੀਕਲ ਧਿਰਾਂ ਇਨਵੋਲਵ ਨਹੀਂ ਹੋਣੀਆਂ ਚਾਹੀਦੀਆਂ, ਕੋਈ ਆਪਣੀਆਂ ਧਿਰਾਂ, ਜਿਵੇਂ SGPC ਦੀ ਇਲੈਕਸ਼ਨ ਹੈ, ਅਕਾਲੀ ਦਲ ਦਾ ਕੋਈ ਵਿੰਗ, ਅਕਾਲੀ ਦਲ ਦਾ ਕੋਈ ਧਾਰਮਿਕ ਵਿੰਗ ਜਾਂ ਬਾਕੀ ਵਿੰਗ, ਉਹ ਇਲੈਕਸ਼ਨ ਲੜੇ ਅਲੱਗ ਤਰੀਕੇ ਦੇ ਨਾਲ, ਕੋਈ ਫਰਕ ਨਹੀਂ ਪੈਂਦਾ, ਬਾਕੀ ਦੇ ਧਾਰਮਿਕ ਵੰਗ ਬਾਕੀ ਲੜ ਲੈਣ, ਜਦੋਂ ਡਾਇਰੈਕਟ ਪਾਰਟੀਆਂ ਲੜਨਗੀਆਂ ਤਾਂ ਇਹ ਇਸ਼ੂ ਡਿਬੇਟੇਬਲ ਨੇ, ਇਹਦੇ ਤੇ ਕੀ ਕਰਨਾ ਚਾਹੀਦਾ, ਇਹਦੇ ਤੇ ਸੋਚਣਾ ਪਏਗਾ ਉਸ ਪੱਧਰ ਤੇ। ਪਰ ਇੱਕ ਗੱਲ ਜ਼ਰੂਰ ਹੈ, ਇਨ ਫਿਊਚਰ
ਜੇ ਅਕਾਲੀ ਦਲ ਦੇ ਪੰਥਕ ਪੈਰ ਨਾ ਲੱਗੇ, ਅਕਾਲੀ ਦਲ ਨੇ ਉਹਨਾਂ ਚੀਜ਼ਾਂ ਨੂੰ ਨਾ ਅਪਣਾਇਆ, ਮੁੜ ਕੇ ਬਾਕੀ ਦੀਆਂ ਚੀਜ਼ਾਂ, ਤਾਂ ਪਾਵਰ ਦੇ ਜ਼ੋਰ ਜਦੋਂ ਕੇਂਦਰ 'ਚ ਸੱਤਾ ਜ਼ਿਆਦਾ ਵੱਡੀ ਹੁੰਦੀ ਹੈ ਤਾਂ ਪੈਨੀਟ੍ਰੇਸ਼ਨ ਹੋ ਜਾਂਦਾ ਹੁੰਦਾ। ਇੱਕ ਲੰਮੇ ਸਮੇਂ ਤੱਕ ਸਿੱਖੀ ਦੇ ਵਿੱਚ ਰਿਹਾ, ਮਹੰਤਾਂ ਦੇ ਕਬਜ਼ੇ ਰਹੇ, ਗੌਰਮੈਂਟਾਂ ਉਹਨਾਂ ਨੂੰ ਆਪਣੇ ਢੰਗ ਨਾਲ ਵਰਤਦੀਆਂ ਰਹੀਆਂ, ਔਰ ਬੜਾ ਕੁਛ ਹੋਇਆ ਤੇ ਉਦੋਂ ਨਵੀਆਂ ਕੁਰਬਾਨੀਆਂ ਕਰਨੀਆਂ ਪਈਆਂ ਜਾ ਕੇ, ਤਾਂ SGPC ਤੇ ਤਾਂ ਬਾਕੀ ਦੀਆਂ ਚੀਜ਼ਾਂ ਆਈਆਂ ਨੇ। ਉਹ ਸਾਰੇ ਮਾਮਲੇ 'ਚ ਸੱਤਾ ਦਾ ਆਪਣਾ ਜ਼ੋਰ ਹੁੰਦਾ ਹੈ, ਇਹਦਾ ਮਤਲਬ ਇਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ, ਕਦੇ ਨਹੀਂ ਆਏਗਾ। ਜੇ ਉਹਦੇ ਜਿਹੜੇ ਰੱਖਿਅਕ ਨੇ, ਜਿਹੜਿਆਂ ਨੂੰ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜੇ ਉਹ ਕਮਜ਼ੋਰ ਹੋ ਗਏ, ਔਰ ਉਹ ਆਪ ਕਹਿੰਦੇ ਨੇ, ਅਕਾਲੀ ਦਲ ਹੋਵੇ ਪ੍ਰੈਕਟੀਕਲੀ, ਮਤਲਬ ਚਾਹੇ ਉਸ SGPC ਦੇ ਰਾਹੀਂ ਜਾਂਦਾ ਰਿਹਾ, ਔਰ ਜਥੇਦਾਰ ਅਕਾਲ ਤਖ਼ਤ ਵੱਲੋਂ ਬਣਾਈ ਕਮੇਟੀ ਹੋਵੇ, ਉਹਨੂੰ ਤਾਂ ਕਿਸੇ ਗਵਰਨਮੈਂਟ ਆਫ ਇੰਡੀਆ ਨੇ ਜਾਂ ਦਿੱਲੀ ਦੀ ਸਰਕਾਰ ਨੇ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ। ਕਮਜ਼ੋਰੀ ਦਾ ਲੈਵਲ ਤਾਂ ਉੱਥੇ ਦਿਖਾਈ ਦੇ ਰਿਹਾ। ਗਿਆਨੀ ਹਰਪ੍ਰੀਤ ਸਿੰਘ ਕਈ ਵਾਰ ਕਹਿ ਚੁੱਕੇ ਨੇ ਕਿ ਇੰਡੀਆ ਕਮਜ਼ੋਰ ਸੰਸਥਾਵਾਂ ਅਸੀਂ ਕਰ ਲਈਆਂ, ਇਹ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਤੇ ਸਾਨੂੰ ਸਾਰਾ ਕੁਝ ਛੱਡ ਕੇ ਆਪਣਾ ਮਹਾਨ ਆਮ ਸਧਾਰਨ ਸਿੱਖਾਂ ਵੱਲ ਲੋਕਾਂ ਵੱਲ ਕਰਨਾ ਚਾਹੀਦਾ, ਤਾਂ ਕਿ ਜਿੱਥੋਂ ਤਾਕਤ ਡਰਾ ਹੋਣੀ ਆ ਉੱਥੋਂ ਆਵੇ, ਉਹ ਤਾਕਤ ਦੇ ਸਹਾਰੇ ਤੁਹਾਨੂੰ ਕਿਸੇ ਦੇ ਦਰ ਤੇ ਨਾ ਖੜਨਾ ਪਵੇ, ਲੋਕ ਆਪ ਵੈਲਕਮ ਕਰਨ ਵੀ ਆਓ ਜੀ ਗੱਲ ਕਰਦੇ ਹਾਂ। ਇਹ ਰਿਵਿਊ ਕਰਨਾ ਬੇਸਿਕ ਜ਼ਿੰਮੇਵਾਰੀ SGPC ਤੇ ਅਕਾਲੀ ਦਲ ਨੂੰ ਜ਼ਰੂਰੀ ਹੈ ਮੇਰੇ ਖਿਆਲ, ਇਹਦੇ ਤੇ ਝਾਤ ਮਾਰਨਾ। ਉਹ ਕਈ ਕਈ ਤਰ੍ਹਾਂ ਦੇ ਕੋਣ ਆ ਜਾਂਦੇ ਆ ਸਾਹ ਹਮੀਰ ਸਿੰਘ ਜੀ, ਆਪਾਂ ਉਹ ਵੀ ਦੌਰ ਦੇਖਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਇਲਜ਼ਾਮ ਆ ਗਿਆ ਵੀ ਤੁਹਾਨੂੰ ਨਹੀਂ ਲੈਣੇ ਚਾਹੀਦੇ ਜੀ ਕੇਂਦਰ ਵੱਲੋਂ ਭੇਜੇ ਗਏ ਸੁਰੱਖਿਆ ਦਸਤੇ। ਗਿਆਨੀ ਹਰਪ੍ਰੀਤ ਸਿੰਘ ਨੇ ਆਪ ਕਿਹਾ ਕਿ ਹਾਂ ਸਾਡੀ ਤਾਂ ਦਿੱਲੀ ਨਾਲ ਯਾਰੀ ਆ, ਹਾਸੇ ਮਜ਼ਾਕ 'ਚ ਹੀ ਭਾਵੇਂ ਕਿਹਾ, ਉਹ ਮਜ਼ਾਇਆ ਲੈ ਜਾ ਸੀ, ਪਰ ਉਹਦੀਆਂ ਰੀਲਾਂ ਬਣ ਬਣ ਕੇ ਦੂਜੇ ਪਾਸੇ ਆਉਂਦੀਆਂ ਰਹੀਆਂ। ਸ਼੍ਰੋਮਣੀ ਕਮੇਟੀ ਨੇ ਵੀ ਇੱਕ ਤੋਂ ਵੱਧ ਵਾਰੀ ਇਸ ਤਰ੍ਹਾਂ ਦੇ ਇਲਜ਼ਾਮ ਲਾਏ, ਉਹਨਾਂ ਨੂੰ ਪਾਸੇ ਵੀ ਕਰਨ ਦਾ ਯਤਨ ਕੀਤਾ ਗਿਆ। ਇਹ ਕਿਹੜੀ ਰਣਨੀਤੀ 'ਚ ਆਉਂਦਾ, ਕਿਹੜੀ ਰਾਜਨੀਤੀ 'ਚ ਆਉਂਦਾ, ਪਤਾ ਨਹੀਂ ਅੰਦਰ ਕੀ ਹੁੰਦਾ ਰਹਿੰਦਾ। ਪਰ ਇੱਕ ਸਵਾਲ ਕਾਫੀ ਅਹਿਮ ਆ ਕਿ ਜਿੱਥੇ ਵੀ ਚੁਣਾਵੀ ਰਾਜਨੀਤੀ ਆਊਗੀ ਉੱਥੇ ਕੋਈ ਨਾ ਕੋਈ ਰਣਨੀਤੀ ਬਣਦੀ ਰਹੂਗੀ। ਸਿੱਖ ਜੇ ਹਰ ਪਾਰਟੀ 'ਚ ਹੋਣਗੇ ਤਾਂ ਉਹ ਨਾਲ ਦੀ ਨਾਲ ਧਰਮ ਆਧਾਰਿਤ ਰਾਜਨੀਤੀ ਦਾ ਵੀ ਹਿੱਸਾ ਬਣਨਗੇ, ਉਹ 'ਚ ਦਖਲ ਵੀ ਦੇਣਗੇ। ਸਵਾਲ ਇਸ ਗੱਲ ਦੇ ਉੱਤੇ ਖੜਾ ਹੈ ਕਿ ਕੀ ਜਦੋਂ ਅਕਾਲੀ ਦਲ ਵੀ ਆਪਣੇ ਦੋ ਸੰਵਿਧਾਨਾਂ ਲਈ ਕੋਰਟਾਂ ਕਚਹਿਰੀਆਂ ਭੁਗਤਦਾ ਰਿਹਾ, ਕੀ ਉਹਨਾਂ ਨੂੰ ਵੀ ਹੁਣ ਜਦੋਂ ਭਾਰਤ ਦੇ ਸੰਵਿਧਾਨ ਅਨੁਸਾਰ ਜਾਂ ਧਰਮ ਨਿਰਪੱਖ ਇਲੈਕਸ਼ਨ ਕਮਿਸ਼ਨ ਦੇ ਨਜ਼ਰੀਏ ਤੋਂ ਰਹਿ ਕੇ ਇਲੈਕਸ਼ਨ ਲੜਨੀ ਅਸੈਂਬਲੀ ਦੀ, ਪਾਰਲੀਮੈਂਟ ਦੀ, ਤਾਂ ਕੀ ਉਹ ਇੱਕ ਵੱਖਰੇ ਸੰਵਿਧਾਨ ਨਾਲ ਲੜੂਗਾ ਜਾਂ ਉਹ ਆਪਣਾ ਇੱਕ ਵੱਖਰਾ ਵਿੰਗ ਬਣਾ ਲਊਗਾ, ਜਾਂ ਫਿਰ ਉਹ ਇੱਕ ਸਮਾਨਾਂਤਰ ਜਥੇਬੰਦੀ ਵੀ ਸਿਰਜ ਸਕਦਾ ਹੈ? ਕੀ ਇਸੇ ਤਰ੍ਹਾਂ ਦਾ ਫਿਰ ਹੱਕ ਕਾਂਗਰਸ ਨਹੀਂ ਆਖੂਗੀ ਵੀ ਪੰਜਾਬ ਦੇ ਵਿੱਚ ਸਿੱਖਾਂ ਦੀ ਵੋਟ ਸਾਨੂੰ ਵੀ ਓਨੀ ਪੈਂਦੀ ਹੈ? ਜੇ ਭਾਜਪਾ ਬਰਾਬਰ ਦੀ ਧਿਰ ਬਣ ਗਈ ਤਾਂ ਉਹ ਵੀ ਚਾਹੁਣਗੇ ਵੀ ਅਸੀਂ ਤੁਹਾਡੇ ਨਾਲੋਂ ਘੱਟ ਹਾਂ ਕਿਸੇ ਗੱਲੋਂ, ਸਾਡੀ ਵੀ ਇੱਕ ਜਥੇਬੰਦੀ ਸਮਾਨਾਂਤਰ ਇਲੈਕਸ਼ਨ ਲੜੂਗੀ। ਤੁਹਾਡੀ ਗੱਲ ਠੀਕ ਆ ਕਿ ਜਿੰਨਾ ਚਿਰ ਇਹਨਾਂ ਦੀਆਂ ਕਮਜ਼ੋਰੀਆਂ, ਇਹਨਾਂ ਦੇ ਅੰਦਰ ਆਈਆਂ ਘਾਟਾਂ, ਇਹ ਆਪਣਾ ਮੰਥਨ ਨਹੀਂ ਕਰਦੇ, ਅੰਦਰ ਝਾਤ ਨਹੀਂ ਮਾਰਦੇ, ਉਹਨਾਂ ਚਿਰ ਸੰਭਵ ਹੈ ਕਿ ਕੁਛ ਵੀ ਕਿਸੇ ਵੇਲੇ ਵੀ ਵਾਪਰ ਜਾਏ। ਪਰ ਮੈਂ ਇੱਕ ਜਦੋਂ ਅੰਦਰੋਂ ਵੀ ਕੋਈ ਸੱਟ ਵੱਜਦੀ ਹੈ, ਕਿਉਂਕਿ ਅਸੀਂ ਬਹੁਤਾ ਲੰਬਾ ਲਏ ਆ ਇਸ ਵਿਸ਼ੇ ਨੂੰ, ਫਿਰ ਵੀ ਮੈਂ ਇੱਕ ਛੋਟੀ ਜਿਹੀ ਟਿੱਪਣੀ ਤੁਹਾਡੇ ਤੋਂ ਲੈਣਾ ਚਾਹੂੰਗਾ। ਕਈ ਵਾਰੀ ਤੁਸੀਂ ਬਹੁਤ ਨਿੱਜ ਤੱਕ ਸੀਮਿਤ ਹੋ ਜਾਂਦੇ ਹੋ, ਕਈ ਵਾਰੀ ਤੁਸੀਂ ਪਰਿਵਾਰਾਂ ਦੇ ਹਿੱਤ ਵੱਡੇ ਕਰ ਲੈਂਦੇ ਹੋ। ਜਦੋਂ ਪਰਮਪਾਲ ਕੌਰ ਮਲੂਕਾ, ਜਿਹੜੇ ਕਿ ਸਿਕੰਦਰ ਸਿੰਘ ਮਲੂਕਾ ਨਾਲ ਪਰਿਵਾਰ ਦੇ ਵਿੱਚ ਦੇਰ ਤੱਕ ਇਹ ਚੀਜ਼ਾਂ ਵੇਖਦੇ ਰਹੇ ਹੋਣਗੇ ਤਾਂ ਹੀ ਉਹ ਬੋਲ ਰਹੇ ਨੇ, ਉਹ ਕਹਿੰਦੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਤੁਸੀਂ ਸੀਨੀਅਰ ਅਕਾਲੀ ਆਗੂ ਜਿਹੜੇ ਟਕਸਾਲੀ ਮੰਨੇ ਜਾਂਦੇ ਆ, ਜਿਹੜੇ ਪੀੜ੍ਹੀਆਂ ਤੋਂ ਤੁਰੇ ਆਉਂਦੇ, ਉਹਨਾਂ ਨੂੰ ਹਾਸ਼ੀਏ ਤੇ ਧੱਕਿਆ, ਤੁਸੀਂ ਉਹਨਾਂ ਨੂੰ ਬਣਦੇ ਰੁਤਬੇ, ਅਹੁਦੇ, ਮਿਨਿਸਟਰੀਆਂ ਲੈਣ ਤੋਂ ਵਾਂਝੇ ਰੱਖਿਆ ਤਾਂ ਕਿ ਤੁਸੀਂ ਆਪ ਲੈ ਸਕੋ। ਮੈਨੂੰ ਲੱਗਦਾ ਇਹ ਵੀ ਵੱਡੀ ਸੱਟ ਹੁੰਦੀ ਹੈ ਜਦੋਂ ਅੰਦਰੋਂ ਗੱਲ ਤੁਰਦੀ ਹੈ, ਇਹਦਾ ਇਹਦੇ 'ਚ ਤਿੱਖਾ ਬਣਾਉਣ ਦੀ ਸੰਭਾਵਨਾ ਵੀ ਹੋ ਸਕਦੀ ਹੈ ਅਗਲੇ ਦਿਨਾਂ 'ਚ। ਹੁਣ ਤੱਕ ਸੁਖਦੇਵ ਸਿੰਘ ਢੀਂਡਸਾ ਵੀ ਚੁੱਪ ਬੈਠੇ ਹੋਏ ਆ, ਜਿਹੜੇ ਬਹੁਤ ਠੱਗੇ ਠੱਗੇ ਫੀਲ ਕਰ ਰਹੇ ਹੋਣਗੇ ਜੀ। ਨਹੀਂ, ਇਹ ਗੱਲਾਂ ਪਹਿਲਾਂ ਵੀ ਉੱਠਦੀਆਂ ਰਹੀਆਂ ਨੇ, ਸੁਖਦੇਵ ਸਿੰਘ ਢੀਂਡਸਾ ਨੇ ਇਹ ਗੱਲ ਕਈ ਵਾਰ ਪਹਿਲਾਂ ਉਠਾਈ ਹੈ ਜਦੋਂ ਸੀ ਮਿਨਿਸਟਰ ਬਣਨ ਦਾ, ਕਿ ਇਹਨਾਂ ਨੂੰ ਮਿਨਿਸਟਰ ਬਣਾਉਣਾ ਚਾਹੁੰਦੇ ਸੀ ਤੇ ਕਿਵੇਂ ਹਰਸਿਮਰਤ ਕੌਰ ਨੂੰ ਬਣਾਤਾ, ਤੇ ਸੁਖਬੀਰ ਸਿੰਘ ਬਾਦਲ ਵੀ ਬਣੇ ਉਹਨਾਂ ਦਿਨਾਂ 'ਚ। ਚੰਦੂ ਮਾਜਰੇ ਬਾਰੇ ਵੀ ਵਾਰ ਵਾਰ, ਚੰਦੂ ਮਾਜਰੇ ਹੋਣੀ ਵੀ ਪ੍ਰਾਈਵੇਟਲੀ ਕਈ ਲੋਕਾਂ ਤੋਂ ਮੈਂ ਸੁਣਿਆ ਕਿ ਗੱਲਬਾਤ ਸੁਣਾ ਦਿੰਦੇ ਨੇ ਕਈ ਵਾਰ
ਕਿ ਉਹਨਾਂ ਨੂੰ ਤਾਂ ਫੋਨ ਵੀ ਆ ਗਿਆ ਸੀਗਾ ਕਿ ਤੁਹਾਨੂੰ ਉਹਦੇ 'ਚ ਲੈਣਾ ਤੇ ਆਹ ਮਾਮਲਾ ਵੱਡੇ ਦੀ ਗੱਲ 'ਚ ਇਹ ਪਰਮਪਰਕ ਔਰ ਨਾਂ ਨਹੀਂ ਰਹਿ ਨਹੀਂ ਲਏ ਉਹਨਾਂ ਨੇ ਵੱਡੇ ਕਿਹੜੇ ਮਤਲਬ ਇਹਨਾਂ ਨੂੰ ਹੀ ਅਸਲ 'ਚ ਮੰਨ ਦਾ ਜਿਹੜਾ ਸੁਨੇਹਾ ਤੱਕ ਆਉਣ ਦੀ ਜਿਹੜੀ ਗੱਲ ਸੀ ਜਦੋਂ ਸਰਕਾਰ ਦੇ ਵਿੱਚ ਕਿ ਤੁਸੀਂ ਬਣਨਾ ਤੇ ਉਹ ਉਦੋਂ ਕਹਿੰਦੇ ਬਾਦਲ ਪਰਿਵਾਰ ਉਹ ਵੀ ਥੋੜਾ ਜਿਹਾ ਕਲੀਅਰ ਕਰ ਦਿਓ, ਕਹਿੰਦੇ ਵੀ ਉਹ ਚੰਦੂਮਾਜਰਾ ਸਾਹਿਬ ਨੂੰ ਕਿਹਾ ਸੀ ਕਿ ਬਾਦਲ ਸਾਹਿਬ ਤੋਂ ਇੱਕ ਛੋਟੀ ਜਿਹੀ ਸਲਿੱਪ ਲਿਆਓ ਬਸ। ਨਹੀਂ ਉਹ ਤਾਂ ਸਲਿੱਪ ਦੀ ਵੀ ਸ਼ਾਇਦ ਲੋੜ ਨਹੀਂ ਸੀ, ਉਦੋਂ ਪਹਿਲਾਂ ਹੀ ਗੱਲ ਹੋ ਗਈ ਤੇ ਉਹ ਤਾਂ ਇਕੱਲਾ ਪੁੱਛਣਾ ਹੀ ਸੀ ਵੀ ਕੰਸੈਂਟ ਲੈਣੀ ਸੀਗੀ ਬਸ, ਤੇ ਸਲਿੱਪ ਦੀ ਤਾਂ ਕਾਹਦੀ ਗੱਲ ਹੈ, ਪਰ ਨਾਲ ਦੀ ਨਾਲ ਇਹਦੂ ਉਲਟਾ ਪਾਸਾ ਵੀ ਹੈ ਜੀ। ਤੇ ਇਹ ਸਾਰੇ ਪਰਿਵਾਰ ਵੀ ਐਡਜਸਟ ਕੀਤੇ ਨਾਲ ਦੀ ਨਾਲ, ਐਡਜਸਟ ਹੁੰਦੇ ਰਹੇ, ਕਿਸੇ ਦਾ ਬੇਟਾ ਕੀਤਾ, ਕਿਸੇ ਨੂੰ ਕੀਤਾ, ਔਰ ਮਲੂਕਾ ਸਾਹਿਬ ਦੇ ਬੇਟੇ ਨੂੰ ਵੀ ਚੇਅਰਮੈਨ ਤਾਂ ਬਣਾ ਹੀ ਦਿੱਤਾ ਜ਼ਿਲ੍ਹਾ ਪਰਿਸ਼ਦ ਦਾ, ਜੇਕਰ ਨਹੀਂ ਮਤਲਬ ਅਸੈਂਬਲੀ ਦੀ ਟਿਕਟ ਨਹੀਂ ਦਿੱਤੀ ਗਈ ਉਹ ਨੇੜੇ ਆ ਕੇ, ਉਹ ਇੱਕ ਅਲੱਗ ਗੱਲ ਹੈ। ਔਰ ਕਿਹੜਾ ਵੱਡਾ ਲੀਡਰ ਹੈ ਜਿਹਦੇ ਬੱਚੇ ਐਡਜਸਟ ਨਹੀਂ ਹੋਏ ਨਾਲ ਨਾਲ, ਔਰ ਉਹਨਾਂ ਨੂੰ ਇਸ ਪਲਾ ਤੇ ਉਹ ਇਸ ਭਾਅ ਤੇ ਕੰਪਰੋਮਾਈਜ਼ ਕਰਦੇ ਰਹੇ। ਉਹ ਨੰਬਰਬੰਦ ਦੀ ਲੜਾਈ ਲੜੀ ਹੋ ਨਹੀਂ ਉਹਨਾਂ ਨੇ ਕਦੇ, ਨੰਬਰਬੰਦ ਦੀ ਲੜਾਈ ਦਾ ਪੋਲੀਟਿਕਸ ਦੇ ਵਿੱਚ ਮਤਲਬ ਹੁੰਦਾ ਕਿ ਉਹਨਾਂ ਨੇ ਬਾਦਲ ਸਾਹਿਬ ਦੀ ਹਮੇਸ਼ਾ ਅਗਵਾਈ ਕਬੂਲੀ, ਉਹ 'ਚ ਡੈਮੋਕ੍ਰੇਸੀ ਨਹੀਂ ਲੜੇ ਕਿ ਬਾਦਲ ਸਾਹਿਬ ਨੇ 2 ਵਾਰ ਪ੍ਰਧਾਨਗੀ ਕਰ ਲਈ, 3 ਵਾਰ ਕਰ ਲਈ, 2 ਵਾਰ ਚੀਫ ਮਿਨਿਸਟਰ ਰਹਿ ਗਏ, 3 ਵਾਰ ਬਣ ਗਏ, ਅੱਗੇ ਕੋਈ ਹੋਰ ਵੀ ਬਣਨਾ ਚਾਹੀਦਾ, ਇਹ ਮੁੱਦਾ ਕਦੇ ਉਠਾਇਆ ਪ੍ਰਿੰਸੀਪਲ ਮੁੱਦਾ ਨਹੀਂ? ਜਦੋਂ ਨਹੀਂ ਉਠਾਉਂਦੇ ਫਿਰ ਬਾਦਲ ਸਾਹਿਬ ਵੱਡੇ ਸੀਗੇ, ਉਹਨਾਂ ਨੇ ਆਪਦੇ ਪਰਿਵਾਰ ਲਈ ਵੱਡਾ ਕੰਮ ਕਰ ਲਿਆ, ਇਹ ਉਦੋਂ ਦੂਜੇ ਦਰਜੇ ਦੇ ਸੀ, ਇਹਨਾਂ ਦੇ ਜਵਾਕ ਦੂਜੇ ਦਰਜੇ 'ਚ ਲੈ ਆਏ ਉਹ, ਇਹ 'ਚ ਕੀ ਧੱਕਾ ਕਾਹਦਾ? ਮੈਨੂੰ ਤਾਂ ਨਹੀਂ ਲੱਗਿਆ ਫਿਰ ਜਦ ਧੱਕਾ ਤਾਂ ਬਣਦਾ ਤੁਸੀਂ ਲੜੋ ਉਹਦੇ ਲਈ ਜਾ ਕੇ। ਅਗਲਾ ਕਹਿੰਦਾ ਅਸੀਂ ਇਹਦੇ ਲਈ ਲੜਦੇ ਰਹੇ, ਸਾਡੀ ਲੜਾਈ ਨੂੰ ਵੀ ਕਬੂਲ ਨਹੀਂ ਕੀਤਾ, ਸਾਡੇ ਖਿਲਾਫ ਐਕਸ਼ਨ ਕੀਤਾ, ਜੇ ਤੁਸੀਂ ਹੁਣ ਜ਼ੁਬਾਨ ਹੀ ਨਹੀਂ ਖੋਲਦੇ ਗੂੰਗੇ ਪਹਿਲਵਾਨ ਬਣ ਕੇ ਅੰਦਰ ਵੀ, ਚਲੋ ਜੀ ਜੋ ਕਰ ਲਿਆ ਜਦੋਂ ਅੱਡ ਹੋਵਾਂਗੇ ਉਦੋਂ ਬੋਲਾਂਗੇ, ਅੰਦਰ ਨਹੀਂ ਬੋਲਣਾ, ਇਹ ਤਾਂ ਨਹੀਂ ਪੰਥਕ ਸਿਸਟਮ ਨਾ, ਉਹਨਾਂ ਨੂੰ ਵੀ ਬੋਲਣਾ ਚਾਹੀਦਾ ਸੀ ਲੀਡਰਸ਼ਿਪ ਨੂੰ ਸਾਰੀ ਨੂੰ ਫਿਰ ਅੰਦਰ ਕਰ। ਜਦੋਂ ਟੌੜਾ ਸਾਹਿਬ ਬੋਲੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ 98 ਦੇ ਵਿੱਚ, 99 ਚ ਉਹਨਾਂ ਨੇ ਤਾਂ ਇੰਨਾ ਹੀ ਕਿਹਾ ਸੀ ਨਾ ਵੀ ਬਾਦਲ ਸਾਹਿਬ ਨੂੰ ਹੁਣ ਕਿਉਂਕਿ ਮੁੱਖ ਮੰਤਰੀ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਰੁਝੇਵੇਂ ਜ਼ਿਆਦਾ ਹੈ ਤੇ ਨਾਲ ਇੱਕ ਪ੍ਰਧਾਨ ਲਾ ਲੈਣਾ ਚਾਹੀਦਾ ਪਾਰਟੀ ਦਾ, ਭਾਵੇਂ ਆਪਣੇ ਪੁੱਤਰ ਨੂੰ ਹੀ ਲਾ ਲੈਣ, ਸੁਖਬੀਰ ਨੂੰ ਹੀ ਬਣਾ ਲੈਣ। ਮੈਂ ਇੱਕ ਹੋਰ ਵੀ ਸਵਾਲ ਇਹਦੇ ਵਿੱਚ ਰੱਖਣਾ, ਉਹਨਾਂ ਤਾਂ ਬੋਲੇ ਪਰ ਉਦੋਂ ਪਹਿਲਾਂ ਟੌੜਾ ਸਾਹਿਬ ਵੀ ਕਮਜ਼ੋਰ ਕਰ ਲਏ ਗਏ ਉਦੋਂ ਪਹਿਲੀ ਹੀ ਇਲੈਕਸ਼ਨ 'ਚ, ਅਜੇ ਜ਼ਿਆਦਾ ਨਹੀਂ ਹੋਇਆ, ਸਾਲ ਵੀ ਨਹੀਂ ਸੀ ਹੋਇਆ, ਉਹਨਾਂ ਦੇ ਦਮਾਦ ਨੂੰ ਵੀ ਟਿਕਟ ਦੇ ਦਿੱਤੀ ਗਈ ਸੀ। ਹਾਂ ਠੀਕ ਹੈ, ਜਦੋਂ ਮੈਂ ਦੂਜੀ ਗੱਲ ਕਰਦਾ ਜਦੋਂ ਬੋਲੇ ਇਹ ਠੀਕ ਹੈ, ਕੁਲਦੀਪ ਸਿੰਘ ਬਡਾਲਾ ਉਹਨਾਂ ਨਾਲ ਵੀ ਇਹ ਹੋਇਆ ਕਿ ਜਦੋਂ ਕਿਸੇ ਨੇ ਕਹਿਤਾ ਆਨੰਦਪੁਰ ਸਾਹਿਬ ਹੋਲੇ ਮਹੱਲੇ ਦੀ ਰੈਲੀ 'ਚ ਵੀ ਹੁਣ ਦੁਆਬੇ ਦੇ ਜਰਨੈਲ ਨੂੰ ਵੀ ਮੌਕਾ ਦੇ ਦਿਓ, ਤੇ ਉਹਨਾਂ ਨੇ ਆਪ ਨਹੀਂ ਸੀ ਕਿਹਾ, ਕਿਸੇ ਬੰਦੇ ਨੇ ਕਹਾਇਆ ਤੇ ਉਹ ਵਿਚਾਰੇ ਸਾਈਡ ਲਾਈਨ ਚੱਲਦੇ ਚੱਲਦੇ ਅਕਾਲੀ ਦਲ ਡੈਮੋਕਰੇਟਿਕ ਬਣਾ ਕੇ ਕੋਸ਼ਿਸ਼ ਕੀਤੀ, ਰਹਿ ਰੂ ਕੇ ਬਾਅਦ ਦੇ ਵਿੱਚ ਹੁਣ ਚਲੋ ਮੇਨ ਸਟ੍ਰੀਮ 'ਚ ਆ ਕੇ। ਹੁਣ ਜਿਹੜਾ ਸਵਾਲ ਇਹ ਆਉਂਦਾ ਨਾ ਕਿ ਇੰਟਰਨਲ ਜਿਹੜੀਆਂ ਕਮਜ਼ੋਰੀਆਂ ਉਹਨਾਂ ਤੋਂ ਲੈ ਕੇ, ਕੈਪਟਨ ਕਮਲਜੀਤ ਇੱਕ ਲੀਡਰ ਇਹੋ ਜਿਹੇ ਮੰਨੇ ਜਾਂਦੇ ਸੀਗੇ ਕਿ ਉਹ ਥੋੜਾ ਜਿਹਾ ਬੇਬਾਕੀ ਨਾਲ ਆਪਣੀ ਗੱਲ ਰੱਖਦੇ ਨੇ ਆਪਣੇ ਮਾਇੰਡ ਨਾਲ, ਉਹਨਾਂ ਦੇ ਬੇਟੇ ਨੂੰ ਵੀ ਟਿਕਟ ਦਿੱਤੀ ਜਦੋਂ ਜਾ ਕੇ ਆਪ ਦਿੱਤੀ ਉਹਨਾਂ ਨੇ, ਕਿਉਂਕਿ ਬਾਦਲ ਸਾਹਿਬ ਇਸ ਮਾਮਲੇ 'ਚ ਕਲੀਅਰ ਸੀਗੇ ਬੜੇ ਵੀ ਜੇ ਇੰਨਾ ਕੁ ਨਾਲ ਨਾਲ ਨਾ ਹਿੱਸਾ ਦਿੱਤਾ, ਹਿੱਸਾ ਤਾਂ ਦੇਣਾ ਪਏਗਾ ਨਾਲ ਨਾਲ ਥੋੜਾ ਥੋੜਾ, ਫਿਰ ਇਹ ਜ਼ਿਆਦਾ ਕੰਮ ਗੜਬੜ ਹੋ ਜੂ, ਸਭ ਨੂੰ ਹਿੱਸੇ ਸਭ ਹਿੱਸੇਦਾਰ ਹੈਗੇ ਨੇ ਇੱਥੇ ਤੱਕ ਅਕਾਲੀ ਦਲ ਨੂੰ ਪਹੁੰਚਾਉਣ ਦੇ ਵਿੱਚ, ਰੋਲ ਕਿਸੇ ਦਾ ਵੱਡਾ ਹੋ ਸਕਦਾ ਕਿਸੇ ਦਾ ਥੋੜਾ, ਇੰਨਾ ਪਾਕ ਪਵਿੱਤਰ ਕੋਈ ਨਹੀਂ ਹੈ ਵੀ ਹੁਣ ਆ ਕੇ ਤੁਸੀਂ ਐਲੀਗੇਸ਼ਨ ਲਾਈ ਜਾਓ ਤੁਸੀਂ ਬਿਲਕੁਲ ਸੱਚੇ ਹੋ ਸਾਰੇ। ਪਰ ਇੱਕ ਐਂਗਲ ਹੋਰ ਹੈ ਸਾਹਿਬੀਰ ਸਿੰਘ ਜੀ, ਕਿਉਂਕਿ ਗੱਲ ਤੁਰੀ ਤਾਂ ਗੱਲ ਨਿਪਟਾਰੇ ਤੱਕ ਜਾਣੀ ਚਾਹੀਦੀ ਜਿੰਨਾ ਕੁ ਹੋ ਸਕਦਾ ਹੁੰਦਾ ਕਿਸੇ ਮੌਕੇ ਤੇ। ਉਹ ਸਵਾਲ ਇਹ ਹੈ ਕਿ ਜਿੱਦਾਂ ਕੇਜਰੀਵਾਲ ਸਾਹਿਬ ਨੇ ਆਪਣੀ ਰਾਜਨੀਤੀ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਨੀਤੀ ਉਹਦੇ ਵਿੱਚ ਨਾਲ ਨਾਲ ਹੀ ਛਾਂਗਣੇ ਸ਼ੁਰੂ ਕਰਤੇ, ਕੁਮਾਰ ਵਿਸ਼ਵਾਸ ਵੀ ਸੀਗੇ ਤੇ ਬਾਕੀ ਵੀ ਸਾਰੇ ਸੀਗੇ, ਤੇ ਉਹ ਬੰਦੇ ਹੌਲੀ ਹੌਲੀ ਸਾਰੇ ਦੇ ਸਾਰੇ ਨਾਲੋ ਨਾਲ ਹੀ ਕਿਨਾਰੇ ਲਾ ਦਿੱਤੇ। ਤੇ ਇਸ ਰਾਜਨੀਤੀ ਦੇ ਵਿੱਚ ਵੀ ਤੁਸੀਂ ਦੇਖੋ ਨਾ ਕਿ ਜੇ ਢੀਂਡਸਾ ਸਾਹਿਬ ਬਾਹਰ ਆਏ
ਤੇ ਢੀਂਡਸਾ ਸਾਹਿਬ ਕੋਲ ਉਸ ਤਰ੍ਹਾਂ ਦਾ ਈਡੀਐਮ ਹੀ ਨਹੀਂ ਸੀਗਾ ਕਿ ਉਹ ਰਾਜਨੀਤੀ ਵਿੱਚ ਅਗਵਾਈ ਕਰ ਸਕਣ। 2-2.5-3 ਸਾਲ ਉਹ ਅਗਵਾਈ ਨਹੀਂ ਕਰ ਸਕੇ, ਮਤਲਬ ਉਹਨਾਂ ਦਾ ਕੰਮ ਮੀਟਿੰਗਾਂ ਤੱਕ ਹੀ ਰਹਿ ਗਿਆ, ਕਿਉਂਕਿ ਉਹਨਾਂ ਨੇ ਕਦੇ ਨੰਬਰ 1 ਦੀ ਰਾਜਨੀਤੀ ਕੀਤੀ ਨਹੀਂ। ਜਿੰਨੇ ਵੀ ਹੁਣ ਤੱਕ ਬਾਹਰ ਆਏ ਨੇ ਉਹ ਸਾਰੇ ਬਾਦਲ ਸਾਹਿਬ ਦੀ ਛਤਰ ਛਾਇਆ ਚ ਦੂਜੇ ਨੰਬਰ ਤੇ ਹੀ ਰਹਿਣ ਵਾਲੇ ਸੀਗੇ। ਉਹਨਾਂ ਨੇ ਕਦੇ ਵੀ ਉਸ ਤਰ੍ਹਾਂ ਦੀ ਅਗਵਾਈ ਲਈ ਆਪਣੇ ਆਪ ਨੂੰ ਤਿਆਰ ਸਮਝਿਆ ਹੀ ਨਹੀਂ, ਔਰ ਉਹ ਬਾਅਦ ਦੇ ਵਿੱਚ ਵੀ ਸ਼ਾਇਦ ਲੈਕ ਆਫ ਕੰਫੀਡੈਂਸ ਉਹਨਾਂ ਨੂੰ ਲੱਗਿਆ ਹੀ ਨਹੀਂ ਕਿ ਉਹ ਉਸ ਲੈਵਲ ਦੀ ਰਾਜਨੀਤੀ ਖੜੀ ਕਰ ਸਕਦੇ ਆ। ਸੋ ਇਹ ਜਿਹੜਾ ਇੱਕ ਰਾਜਨੀਤੀ ਵਿੱਚ ਬੰਦਿਆਂ ਨੂੰ ਘਸਾ ਦੇਣਾ, ਬੰਦਿਆਂ ਨੂੰ ਉਸ ਪੱਧਰ ਤੱਕ ਅਹਿਸਾਸ ਕਰਾ ਦੇਣਾ, ਮੈਂ ਇਹ ਵੀ ਸਮਝਣਾ ਚਾਹੁੰਦਾ ਕਿ ਪੰਜਾਬ ਦੀ ਰਾਜਨੀਤੀ ਚ ਲੀਡਰ ਨਿਕਲੇ ਨਹੀਂ ਉਸ ਕੱਦ ਦੇ ਜਿਹੜੇ ਪੂਰੀ ਸਟੇਟ ਨੂੰ ਕਿਸੇ ਕਮਿਊਨਿਟੀ ਨੂੰ ਅਗਵਾਈ ਦੇ ਸਕਣ। ਇਹਦੇ ਚ ਬਹੁਤ ਵੱਡਾ ਕੇਜਰੀਵਾਲ ਦੀ ਪਾਰਟੀ ਤੇ ਅਕਾਲੀ ਦਲ ਦਾ ਕੋਈ ਕੰਪੈਰੀਜ਼ਨ ਨਹੀਂ ਹੋ ਸਕਦਾ ਬਿਲਕੁਲ ਹੀ। ਉਹ ਰੂਟਲੈਸ ਪਾਰਟੀ ਆ, ਅਜੇ ਤੱਕ ਕਿਤੇ ਪੰਜਾਬ ਚ ਰੂਟਸ ਨਹੀਂ, ਨਾ ਕਿਤੇ ਦਿੱਲੀ ਚ ਨੇ। ਇੱਕ ਐਂਟੀ ਕਰਪਸ਼ਨ ਬਜਾਓ ਚ ਆਏ ਸੀ, ਅਕਾਲੀ ਦਲ ਦੀਆਂ ਨੀਹਾਂ ਚ ਬੇਹੱਦ ਖੂਨ ਡੁੱਲਿਆ ਹੋਇਆ, ਬੇਹੱਦ ਕੁਰਬਾਨੀਆਂ ਨੇ, ਬੇਹੱਦ ਵੱਡੇ ਲੀਡਰ ਨੇ, ਮਤਲਬ ਜਿਹੜੇ ਦਿਓਕਾ ਦੇ ਲੀਡਰ ਪੈਦਾ ਹੁੰਦੇ ਰਹੇ ਨੇ ਸਦੀ ਤੋਂ ਲੈ ਕੇ। ਇਸ ਲਈ ਇਹ ਦੋ ਤਾਂ ਨਹੀਂ ਹੈ, ਉਦੋਂ ਤਾਂ ਕੇਜਰੀਵਾਲ ਪਹਿਲਾਂ ਡਿਕਟੇਟਰ ਬਣ ਗਏ। ਇੱਥੇ ਤਾਂ ਇੱਥੇ ਬੰਦਿਆਂ ਦੇ ਮਜਾਜ ਦੀ ਗੱਲ ਕਰ ਰਹੇ ਆ ਨਾ, ਬੰਦਿਆਂ ਦੇ ਮਜਾਜ ਹੋਵੇ, ਬੰਦਿਆਂ ਦੇ ਨਹੀਂ ਮਜਾਜ ਹੋਵੇ ਵੀ। ਜਿਹੜਾ ਬੰਦਾ ਅਕਾਲੀ ਦਲ ਦੀ ਲਾਈਨ ਚਾਹੁੰਦਾ ਉਹਦਾ ਮਜਾਜ ਬਣਾਉਣ ਨੂੰ ਬਾਦਲ ਸਾਹਿਬ ਨੂੰ 50 ਸਾਲ ਲੱਗੇ ਨੇ ਪੋਲਿਟਿਕਸ ਆ ਕੇ ਇੱਥੇ ਤੱਕ ਪਹੁੰਚਦੇ। ਬਾਦਲ ਸਾਹਿਬ ਤਾਂ ਪਹਿਲੇ ਦਿਨ ਹੀ ਹੋ ਸਕਦਾ ਚਾਹੁੰਦੇ ਹੁਣ, ਜੇਕਰ ਜੇ ਚਾਹਤ ਨਹੀਂ ਤਾਂ ਕੰਮ ਕਰਦੀ। ਉਦੋਂ ਲੀਡਰਸ਼ਿਪ ਸੀ ਅਕਾਲੀ ਦਲ ਦੇ ਵਿੱਚ, ਇੱਕ ਬੈਲੈਂਸ ਸੀ। ਬੈਲੈਂਸ ਦਾ ਮਤਲਬ ਹੈ ਅਕਾਲੀ ਦਲ ਦਾ ਪ੍ਰਧਾਨ ਹੈ, ਚੀਫ ਮਿਨਿਸਟਰ ਹੈ, ਜਥੇਦਾਰ ਅਕਾਲ ਤਖ਼ਤ ਹੈ, ਜੀਪੀਸੀ ਦਾ ਪ੍ਰਧਾਨ ਹੈ। ਉਹਦਾ ਮਤਲਬ ਹੈ ਕਿ ਅਕਾਲੀ ਦਲ 'ਚ ਬਹੁਤ ਸਾਬਕਾ ਪ੍ਰਧਾਨ ਵੀ ਨੇ, ਚਾਹੇ ਉਹ ਜਗਦੇਵ ਸਿੰਘ ਤਲਵੰਡੀ ਹੁੰਦਾ ਸੀ, ਚਾਹੇ ਉਹ ਉਦੋਂ ਬਾਅਦ ਪ੍ਰਧਾਨ ਬਦਲਦੇ ਰਹੇ, ਮਾਸਟਰ ਤਾਰਾ ਸਿੰਘ ਤੋਂ ਲੈ ਕੇ ਸੰਤ ਫਤਿਹ ਸਿੰਘ ਤੋਂ ਲੈ ਕੇ ਸੰਤ ਲੌਂਗੋਵਾਲ ਤੋਂ ਲੈ ਕੇ ਵੱਖ ਵੱਖ ਬੰਦੇ, ਮੋਹਨ ਸਿੰਘ ਤੁੜ ਤੋਂ ਲੈ ਕੇ ਵੱਖ ਵੱਖ ਕਿੱਡੇ ਕਿੱਡੇ ਕੱਦ ਦੇ ਬੰਦੇ ਸਾਰੇ ਵੱਖ ਵੱਖ ਥਾਵਾਂ ਤੋਂ ਆਉਂਦੇ ਰਹੇ ਨੇ। ਤੇ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਸੀ, ਜਿਹੜੇ ਬੰਦੇ ਉਹਨਾਂ ਨੂੰ ਕਿਵੇਂ ਤੁਸੀਂ ਨਾ ਖਰੀਦ ਸਕਦੇ ਸੀ ਨਾ ਡਰਾ ਸਕਦੇ ਸੀ। ਬੰਦਿਆਂ ਦਾ ਲੈਵਲ ਤਾਂ ਤੁਸੀਂ ਦੇਖੋ ਕਿੰਨੇ ਕਿਸ ਲੈਵਲ ਦਾ ਸੀਗਾ। ਇਹ ਉਦੋਂ ਬਾਅਦ ਆ ਕੇ ਪੰਜਾਬ ਦੇ ਵਿੱਚ ਹੋਇਆ, ਪੰਜਾਬ ਦੇ ਵਿੱਚ ਜਿਹੜੀ ਮੂਵਮੈਂਟ ਚੱਲੀ ਮਿਲੀਟੈਂਟ ਮੂਵਮੈਂਟ ਆਫਟਰ ਅਕਾਲੀ ਧਰਮਯੁੱਧ ਮੋਰਚਾ ਦੇ ਦੌਰਾਨ, ਇੱਕ ਲੀਡਰਸ਼ਿਪ ਦੀ ਪੀੜ੍ਹੀ ਮਾਰੀ ਜਾ ਚੁੱਕੀ ਹੈ। ਉਹ ਮੁਕਾਬਲਿਆਂ 'ਚ ਮਰੀ, ਝੂਠੇ ਪੁਲਿਸ ਮੁਕਾਬਲਿਆਂ 'ਚ ਮਰੀ, ਕੁੱਝ ਉਹਨਾਂ ਨੇ ਵੀ ਮਾਰੇ, ਦੂਜੀਆਂ ਪਾਰਟੀਆਂ ਦੇ ਵੀ ਮਰੇ ਨੇ, ਐਸੀ ਗੱਲ ਨਹੀਂ ਹੈ। ਲੈਫਟ ਦੇ ਵੀ ਮਾਰੇ ਦੂਜਿਆਂ ਨੇ, ਉਹਨਾਂ ਨੇ ਕਿਸੇ ਦੇ ਮਾਰਤੇ, ਜਾਂ ਕਾਂਗਰਸੀ ਵੀ ਮਾਰੇ। ਪੰਜਾਬ ਦਾ ਖਮਿਆਜਾ ਹੀ ਇਹ ਹੈ ਕਿ ਅਕਾਲੀ ਦਲ ਦੀ ਕੰਟੀਨਿਊਟੀ, ਅਕਾਲੀ ਦਲ 'ਚ ਪਰਿਵਾਰਵਾਦ ਆ ਹੀ ਉਦੋਂ ਬਾਅਦ ਜ਼ਿਆਦਾ ਗਿਆ, ਜਿਹੜੇ ਜਿਹਨਾਂ 'ਚ ਚਿੜਗ ਸੀਗੀ, ਜਿਹੜੇ ਨੌਜਵਾਨਾਂ ਦੇ ਵਿੱਚ ਕਾਲਜਾਂ ਯੂਨੀਵਰਸਿਟੀਆਂ 'ਚੋਂ ਆਉਂਦੇ ਸੀ, ਕੋਈ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ, ਕੋਈ ਦੂਜੀਆਂ ਲੈਫਟ ਦੀਆਂ ਜਥੇਬੰਦੀਆਂ ਵੱਲੋਂ, ਕੋਈ ਇੱਧਰੋਂ ਉੱਧਰੋਂ ਆਉਂਦਾ ਸੀ, ਉਹ ਪੂਲ ਖਤਮ ਹੋ ਗਿਆ। ਉੱਥੋਂ ਬਾਅਦ ਇੱਕ ਮੌਕੇ ਲੱਗੇ, ਫਿਰ ਕਿੰਨਾ ਚਿਰ ਫਿਰ ਇਹ ਵੀ ਰਿਹਾ ਕਿ ਇੱਕ ਦਬਦਬਾ ਜਿਹੜਾ ਸੀਗਾ ਲੰਬਾ ਸਮਾਂ, ਅਕਾਲੀ ਦਲ ਬਾਹਰ ਵੀ ਰਿਹਾ, ਚੁੱਪ ਕਰਕੇ ਬੈਠਾ ਰਿਹਾ ਕਿੰਨਾ ਚਿਰ, ਉਹ ਸਾਇਲੈਂਸ ਆ ਜਾਂਦੀ ਹੈ, ਮੁਸ਼ਕਲ ਨਾਲ ਸੱਤਾ ਮਿਲੀ ਹੈ ਜੀ, ਜਿਹੋ ਜੀ ਹੈ ਚਲਾ ਲਓ ਹੁਣ ਇੱਕ ਵਾਰੀ 97 ਜਦੋਂ ਤੁਸੀਂ ਆਉਂਦੇ ਹੋ। ਇਹ ਜਿਹੜੇ ਮਾਹੌਲ ਬਦਲ ਗਏ, ਉਹ ਗਿਵਨ ਮਾਹੌਲ ਦੇ ਵਿੱਚ ਇਹ ਚੀਜ਼ਾਂ ਪਣਪ ਗਈਆਂ, ਉਹਨੂੰ ਨਹੀਂ ਉਸ ਲੈਵਲ ਦਾ ਰੋਕ ਲਏ। ਅੱਜ ਵੀ ਪੰਜਾਬ ਦੇ ਵਿੱਚ ਤਾਂ ਤੁਸੀਂ ਦੇਖਤਾ ਦੇਖੋ ਕਿੰਨਾ ਚਿਰ ਹੋ ਗਿਆ, 41 ਸਾਲ ਹੋ ਗਏ ਲਗਭਗ। ਕਦੋਂ ਹੋਈ ਸੀ 1983 ਚ ਚੋਣ ਹੋਈ ਸੀ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀ, ਇੱਥੇ ਤਾਂ ਮਤਲਬ ਮਿਲੀਟੈਂਸੀ ਉਹ ਅਜੇ ਵੀ। ਤੇ ਕਿਉਂ ਨੀ ਉਹ ਚੋਣ ਕੋਈ ਵੀ ਪਾਰਟੀ ਇੰਟਰਸਟਡ, ਕਿਉਂਕਿ ਸਭ ਪਾਰਟੀਆਂ ਨੂੰ ਲੱਗਦਾ ਕਿ ਜੇ ਇਹ ਚੋਣਾਂ ਕਰਾਉਣ ਲੱਗ ਗਏ ਤਾਂ ਕਈ ਬੰਦੇ ਅੰਦਰੋਂ ਨਿਕਲਣਗੇ ਜਿਹੜੇ ਸਰਦਰਦੀ ਸਾਡੀ ਔਲਾਦ ਲਈ ਬਣਨਗੇ। ਸਾਡੀ ਔਲਾਦ ਆਪ ਸੈਲਫ ਮੇਡ ਬੰਦੇ ਦਾ ਮੁਕਾਬਲਾ ਕਰਨਾ, ਕਿਸੇ ਨੂੰ ਜਿਹਨੂੰ ਚਮਚਾ ਸੋਨੇ ਦਾ ਰੱਖ ਕੇ ਮਿਲਿਆ, ਬਹੁਤ ਔਖਾ ਹੁੰਦਾ ਉਹਦੇ ਲਈ ਕਰਨਾ। ਰੀਅਲ ਲੀਡਰ ਦਾ ਮੁਕਾਬਲਾ ਕਰਨਾ, ਚਾਹੇ ਉਹਦੇ ਕੋਲ ਸਾਧਨ ਘੱਟ ਵੀ ਹੋਣ, ਅਸੀਂ ਉਹ ਜੰਮਣੇ ਹੀ ਬੰਦ ਕਰਨੇ ਨੇ, ਅਸੀਂ ਉਹ ਟ੍ਰੈਡੀਸ਼ਨ ਬੰਦ ਕਰ ਦੇਣੀ ਹੈ,
ਅਸੀਂ ਉਹ ਤਰੀਕਾ ਹੀ ਬੰਦ ਕਰ ਦੇਣਾ, ਉਹ ਪਲੇਟਫਾਰਮ ਬੰਦ ਕਰ ਦੇਣੇ ਨੇ। ਇਸ ਕਰਕੇ ਹੁਣ ਤੱਕ ਇੱਥੇ ਤੱਕ ਆ ਗਿਆ ਅਕਾਲੀ ਦਲ, ਔਰ ਉਹਦੇ ਰਿਵਾਈਵਲ ਲਈ ਵੀ ਉਹ ਸਾਰੀਆਂ ਗੱਲਾਂ ਕਰਨੀਆਂ ਪੈਣਗੀਆਂ, ਬੈਲੈਂਸ ਆਫ ਫੋਰਸਿਸ, ਸੰਸਥਾਵਾਂ ਦੀ ਨਿਰਪੱਖਤਾ ਤੇ ਬਾਕੀ ਦੀਆਂ ਸਾਰੀਆਂ ਗੱਲਾਂ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਜਦੋਂ ਇਸ ਉਦਾਹਰਣ ਦੇ ਨਾਲ ਪੇਸ਼ ਹੋ ਰਿਹਾ ਸੀਗਾ ਨਾ, ਤਾਂ ਮੇਰੇ ਮਨ ਦੇ ਵਿੱਚ ਇੱਕੋ ਸਵਾਲ ਸੀ ਕਿ ਕੇਜਰੀਵਾਲ ਸਾਹਿਬ ਜਦੋਂ ਅੰਦਰ ਚਲੇ ਗਏ ਤਾਂ ਉਹਨਾਂ ਨੇ ਅੰਦਰ ਜਾਣ ਤੋਂ ਪਹਿਲਾਂ ਤੱਕ ਦਾ ਜਿਹੜਾ ਪੋਲੀਟੀਕਲ ਸਫ਼ਰ ਸੀਗਾ ਉਹਦੇ ਵਿੱਚ ਕੋਈ ਵੀ ਬੰਦਾ ਐਸਾ ਇਸ ਹੱਦ ਤੱਕ ਦਾ ਨਹੀਂ ਸੀ ਰਹਿਣ ਦਿੱਤਾ ਜਿਹੜਾ ਅਗਵਾਈ ਕਰੇ ਤਾਂ ਇੰਜ ਲੱਗੇ ਕਿ ਉਹ ਨੰਬਰ ਇੱਕ ਦਰਜੇ ਦਾ ਹੈ, ਦੂਜੀ ਕਤਾਰ ਖੜੀ ਹੈ, ਦੂਜੀ ਕਤਾਰ ਪਹਿਲੀ ਕਤਾਰ ਵਰਗੀ ਨਜ਼ਰ ਨਹੀਂ ਆ ਰਹੀ, ਫਿਰ ਉਹਨਾਂ ਦੀ ਘਰਵਾਲੀ ਨੂੰ ਆਸਾਨੀ ਨਾਲ ਉਸ ਜਗ੍ਹਾ ਤੱਕ ਉਹ ਸੌਖਿਆ ਮਿਲ ਜਾਂਦਾ ਚੀਜ਼ਾਂ। ਅਕਾਲੀ ਦਲ ਦੇ ਵਿੱਚ ਵੀ ਜਿੰਨੀ ਲੀਡਰਸ਼ਿਪ ਹੈ ਉਹ ਸਾਰੀ ਦੀ ਸਾਰੀ ਇਸ ਦੂਜੇ ਦਰਜੇ ਤੱਕ ਜਾਂ ਦੂਜੀ ਕਤਾਰ ਤੱਕ ਸੀਮਤ ਆ, ਉਹਨਾਂ ਜ਼ੋਰ ਲਾ ਕੇ ਵੀ ਪਹਿਲੇ ਦਰਜੇ ਵਾਲੀ ਪੋਲੀਟਿਕਸ ਨਹੀਂ ਕੀਤੀ। ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਇੱਕ ਪੂਰੀ ਦੀ ਪੂਰੀ ਪੀੜ੍ਹੀ ਖਤਮ ਹੋਈ ਹੈ, ਇਸ ਕਰਕੇ ਉਹ ਵੈਕਿਊਮ ਖੜਾ ਹੈ। ਉਹ ਵੈਕਿਊਮ ਕਿੱਦਾਂ ਭਰਨਾ, ਲੋਕਾਂ ਦੀ ਪੋਲੀਟਿਕਸ ਵਿੱਚ ਦਿਲਚਸਪੀ ਘੱਟ ਰਹੀ ਆ, ਬੱਚੇ ਹੁਣ ਗਾਂ ਸਿਆਸਤ ਵਿੱਚ ਨਹੀਂ ਆਉਣਾ ਚਾਹ ਰਹੇ, ਉਹ ਆਪਣੇ ਸਾਧਨਾ ਰੋਜੀ ਰੋਟੀ ਲਈ ਜਾਂ ਸੌਖੀ ਜ਼ਿੰਦਗੀ ਲਈ ਉੱਧਰ ਜਾਣਾ ਚਾਹ ਰਹੇ ਆ, ਲੇਕਿਨ ਫਿਰ ਵੀ ਇੱਕਾ ਦੋਕਾ ਇਸ ਤਰ੍ਹਾਂ ਦੇ ਵਿਚਾਰ ਨਜ਼ਰ ਆਉਂਦੇ ਰਹਿੰਦੇ ਆ। ਜੇ ਉਹਨਾਂ ਨੂੰ ਪਲੇਟਫਾਰਮ ਮਿਲ ਜਾਣ ਤਾਂ ਸ਼ਾਇਦ ਲੀਡਰਸ਼ਿਪ ਦੇ ਨਾਂ ਤੇ ਕੁਝ ਨਵਾਂ ਵਾਪਰ ਜੇ, ਲੇਕਿਨ ਇੱਕਦਮ ਵੀ ਬਹੁਤ ਕੁਝ ਬਦਲ ਜਾਂਦਾ ਹੁੰਦਾ। ਜੇ ਐਵੇਂ ਨਹੀਂ ਕਿ ਸਾਲਾਂ ਦੇ ਸਾਲ ਜਾਂ ਦਹਾਕਿਆਂ ਤੱਕ ਕੋਈ ਖਾਲੀਪਣ ਦਾ ਸ਼ਿਕਾਰ ਰਹੇ ਕੋਈ ਖਿੱਤਾ, ਇਹ ਉਮੀਦ ਕੀਤੀ ਜਾਂਦੀ ਹੈ ਕਿ ਅਗਲੇ 10 ਸਾਲ ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਵੀ ਬਦਲ ਸਕਦਾ ਹੈ ਔਰ ਇੱਥੋਂ ਦਾ ਸਿਸਟਮ ਬੜਾ ਬਿਹਤਰ ਵੀ ਹੋ ਸਕਦਾ, ਚੀਜ਼ਾਂ ਖਤਮ ਹੁੰਦੀਆਂ ਨੇ। ਆਪਾਂ ਖਾੜਕੂਵਾਦ ਦੇ ਦੌਰ ਦੇ ਵਿੱਚ ਸੋਚਦੇ ਸੀ ਵੀ ਇਹ ਕਾਲੀ ਰਾਤ ਪਤਾ ਨਹੀਂ ਕਦੋਂ ਮੁੱਕੂਗੀ, ਬਹੁਤ ਸਾਰੇ ਲੋਕ ਕਾਲੀ ਰਾਤ ਕਹਿਣ ਤੇ ਵੀ ਇਤਰਾਜ਼ ਕਰਦੇ ਆ, ਲੇਕਿਨ ਫਿਰ ਵੀ ਉਹ ਹੋਰ ਪਤਾ ਨਹੀਂ ਲੱਗਿਆ ਤੁਹਾਨੂੰ ਕਦੋਂ ਕੀ ਵਾਪਰ ਜਾਂਦਾ, ਚੀਜ਼ਾਂ ਇਵੇਂ ਵੀ ਸ਼ੇਪ ਲੈਂਦੀਆਂ ਨੇ। ਮੈਂ ਲਾਸਟ ਵਿੱਚ ਸਿਰਫ ਹੁਣ ਤੁਹਾਡੇ ਤੋਂ ਸਮਝਣਾ ਚਾਹੂੰਗਾ, ਸਿੱਖ ਰਾਜਨੀਤੀ ਦੇ ਨਾਲ ਨਾਲ ਸਿੱਖ ਇਸ਼ੂਜ਼ ਦੇ ਉੱਤੇ ਵੀ ਗੱਲ ਹੋ ਰਹੀ ਨੈਸ਼ਨਲ ਲੈਵਲ ਤੇ, ਜਦੋਂ ਗੁਰਪਤਵੰਤ ਸਿੰਘ ਪੰਨੂ ਜਿਹੜਾ ਭਾਰਤ ਵਿੱਚ ਲੜੀਂਦਾ ਉੱਤੇ ਕਈ ਮੁਕੱਦਮੇ ਦਰਜ ਨੇ ਤੇ ਉਹ ਉੱਥੋਂ ਦਾ ਸ਼ਹਿਰੀ ਆ, ਅਮਰੀਕਾ ਤੇ ਕੈਨੇਡਾ ਦੀ ਸਿਟੀਜ਼ਨਸ਼ਿਪ ਉਹਦੇ ਕੋਲ ਦੱਸੀ ਜਾਂਦੀ ਹੈ, ਉਹਦੀ ਹੱਤਿਆ ਦਾ ਮਾਮਲਾ, ਉਹਦੀ ਹੱਤਿਆ ਦੀ ਸਾਜਿਸ਼ ਦਾ ਮਾਮਲਾ ਚਰਚਾ 'ਚ ਰਿਹਾ ਔਰ ਹੁਣ ਅੱਜ ਫਿਰ ਉਹ ਸੁਰਖੀਆਂ ਬਣਿਆ। ਇੱਕ ਅਖਬਾਰੀ ਰਿਪੋਰਟ 'ਚ ਨਸ਼ਰ ਹੋਇਆ ਕਿ ਉਸ ਸਾਜਿਸ਼ ਜਿਹੜੀ ਸਾਜਿਸ਼ ਨਾਕਾਮ ਕਰਤੀ ਸੀ ਅਮਰੀਕਨ ਏਜੰਸੀਆਂ ਨੇ, ਉਹਦੇ ਵਿੱਚ ਭਾਰਤ ਦੀ ਏਜੰਸੀ ਦਾ ਮੁਖੀ ਸ਼ਾਮਲ ਸੀਗਾ ਔਰ ਉਹਦੇ ਨਾਲ ਸੰਬੰਧਿਤ ਹੋਰ ਤੱਥ ਉਜਾਗਰ ਹੋਇਆ। ਇੱਕ ਟਿੱਪਣੀ, ਬਿਲਕੁਲ ਇਹ ਬਹੁਤ ਸੰਗੀਨ ਮਾਮਲਾ ਬਣਦਾ ਜਾ ਰਿਹਾ ਕਿ ਪਹਿਲਾਂ ਵੀ ਇਹ ਸੰਗੀਨ ਸੀ ਜਦੋਂ ਕੋਈ ਇਹ ਐਲੀਗੇਸ਼ਨ ਲਾਉਂਦਾ, ਕੋਈ ਕੰਟਰੀ ਲਾਉਂਦਾ ਵੀ ਆਹ ਹੋ ਰਿਹਾ ਸਾਡੇ ਕਰਾ ਰਹੇ ਹੋ, ਹਾਲਾਂਕਿ ਸਾਡੇ ਪਾਕਿਸਤਾਨ ਭਾਰਤ ਤਾਂ ਨੋਰਮਲ ਜੀ ਗੱਲ ਹੈ, ਹੋਈ ਜਾਂਦਾ ਉਹ ਅਸੀਂ ਕਹਿੰਦੇ ISI ਕਰਾ ਰਹੀ ਹੈ, ਉਹ ਕਹਿੰਦੇ ਨੇ ਤੁਹਾਡੇ ਵਾਲੀ ਸੰਸਥਾ ਸਾਡੇ ਕਰਾ ਰਹੀ ਹੈ, ਇਹ ਇੱਕ ਨੋਰਮਲ ਹੈ। ਪਰ ਕਿਸੇ ਜਿਹੜਾ ਦੁਨੀਆਂ ਦਾ ਸੁਪਰ ਪਾਵਰ ਮੁਲਕ ਕਹਾਉਂਦਾ ਹੈ ਕਿ ਜਦ ਉਹ ਇਸ ਲੈਵਲ ਦੇ ਉੱਤੇ ਆਉਂਦਾ, ਪਹਿਲਾਂ ਕੈਨੇਡਾ ਨੇ ਲਾਇਆ ਸੀ, ਜਸਟਿਸ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਸੀਗਾ ਕਿ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਾਮਲਾ ਹੈ ਜਿਹੜਾ ਸਾਨੂੰ ਡਾਊਟ ਹੈ ਕਿ ਉਹ ਉਹਨਾਂ ਕੋਲੋਂ ਕੋਈ ਗਵਾਹ ਇਸ ਲੈਵਲ ਦੇ ਪੈਦਾ ਹੁੰਦੇ ਲੱਗਦੇ ਨੇ ਕਿ ਜਿਹਦੇ ਨਾਲ ਇਹ ਲੱਗ ਰਿਹਾ ਕਿ ਉਹ ਇੰਡੀਅਨ ਏਜੰਸੀ ਦਾ ਹੱਥ ਹੈ। ਉਦੋਂ ਤਾਂ ਭਾਰਤ ਨੇ ਕਾਫੀ ਸ਼ਾਰਪਲੀ ਰਿਐਕਟ ਵੀ ਕੀਤਾ ਸੀਗਾ ਔਰ ਉਹਨਾਂ ਦੇ ਮਤਲਬ ਕਈ ਜਿਹੜੇ ਡਿਪਲੋਮੇਟ ਨੇ ਉਹਨਾਂ ਨੂੰ ਵਾਪਸ ਵੀ ਕਰਤਾ ਸੀ ਤੇ ਇਹ ਕਾਫੀ ਕਸਮ ਚੱਲ, ਪਰ ਕੁਝ ਦੇਰ ਬਾਅਦ ਫਿਰ ਇਹ ਆ ਗਿਆ, ਇੱਕ ਗੱਲ ਆ ਗਈ ਕਿ ਤੁਸੀਂ ਜਿਹੜਾ ਪੰਨੂ ਤੇ ਕਤਲ ਦਾ ਵੀ ਪਲਾਟ ਜਿਹੜਾ ਬਣਿਆ ਉਹ ਇਸ ਲੈਵਲ ਤੇ ਇੱਕ ਬੰਦਾ ਅਰੈਸਟ ਹੋਇਆ, ਉਹਨੂੰ ਭਾਰਤ ਸਰਕਾਰ ਨੇ ਇੱਦਾਂ ਮੰਨ ਲਿਆ ਸੀ ਕਿ ਅਸੀਂ ਵੱਡੇ ਹਾਈ ਅਰੈਸਟ ਲੈਵਲ ਦੀ ਜਾਂਚ ਬਿਠਾਤੀ ਹੈ, ਅਸੀਂ ਤੁਹਾਡੇ ਨਾਲ ਕੋਆਪਰੇਟ ਕਰਾਂਗੇ ਜੇ ਇਹ ਹੈ, ਤੇ ਹੁਣ ਤੱਕ ਭਾਰਤ ਸਰਕਾਰ ਇਹ ਕਹਿੰਦੀ ਰਹੀ ਹੈ ਕਿ ਇੰਨਾ ਮੰਨ ਲਿਆ ਸੀ ਵਿਦੇਸ਼ ਮੰਤਰਾਲੇ ਦਾ ਵੀ ਜਿਹੜਾ ਹੁਣ ਤੱਕ ਆਇਆ ਸੀ ਕਿ ਹਾਂ ਉਹ ਬੰਦਾ ਤਾਂ ਸਾਡੇ ਸੰਬੰਧਿਤ ਸੀ ਏਜੰਸੀ ਨਾਲ,
ਪਰ ਉਹ ਇੰਡੀਵਿਜੁਅਲ ਸੀ, ਇਹਦੀ ਜਾਂਚ ਕਰ ਰਿਹਾ ਕਿਹਦੇ ਕਹੇ ਤੇ, ਉਹ ਸਾਡਾ ਓਵਰਆਲ ਏਜੰਸੀ ਓਪਰੇਸ਼ਨ ਜਾਂ ਸਾਡਾ ਕੋਈ ਊਂ ਹੱਥ ਨਹੀਂ ਸੀ ਓਫਿਸ਼ਲੀ ਸਾਡੀ ਕਿਸੇ ਵੀ ਏਜੰਸੀ ਦਾ। ਹੁਣ ਜਿਹੜੀ ਵਾਸ਼ਿੰਗਟਨ ਪੋਸਟ ਦੀ ਇਹ ਜੇਕਰ ਜੇ ਗੱਲ ਸੱਚ ਹੈ ਜਾਂ ਬਾਕੀ ਸਾਹਮਣੇ ਆਈ ਹੈ, ਅਜੇ ਗੌਰਮੈਂਟ ਆਫ ਇੰਡੀਆ ਦਾ ਆਉਣਾ ਹੈ ਮੇਰੇ ਖਿਆਲ ਤੇ ਰਿਐਕਸ਼ਨ, ਹੁਣ ਤੱਕ ਮੈਂ ਤਾਂ ਨਹੀਂ ਪੜ੍ਹਿਆ ਕੀ ਆਇਆ। ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਉਸ ਸਮੇਂ ਤੁਹਾਡੇ ਰਾਜ ਦੇ ਮੁਖੀ ਸੀਗੇ ਸੁਨੰਤ ਗੋਇਲ, ਇਹ ਸਾਰਾ ਕੁਝ ਕਿ ਏਜੰਸੀ ਜਿਹੜੀ ਇਹ ਕਰ ਰਹੀ ਹੈ, ਤਾਂ ਉਹ ਜਿਹੜੇ ਵਿਕਰਮ ਜਾਧਵ ਦਾ ਮਾਮਲਾ ਹੈ ਜਾਂ ਬਾਕੀ ਕਿਸ ਤਰੀਕੇ ਨਾਲ ਹੈ, ਤਾਂ ਇਹਦੇ ਨਾਲ ਇੱਕ ਬੜਾ ਵੱਡਾ ਇੱਕ ਮਤਲਬ ਬੇਭਰੋਸਗੀ ਤਾਂ ਪੈਦਾ ਹੁੰਦੀ ਹੋ ਹੈ। ਭਾਰਤ ਇੱਕ ਪਾਸੇ ਕਹਿੰਦਾ ਅਮਰੀਕਾ ਨਾਲ ਸੰਬੰਧ ਸਾਡੇ ਵਧੀਆ ਹੋ ਰਹੇ ਨੇ ਔਰ ਵਧੀਆ ਬਣਾਉਣ ਦੀ ਟਰਾਈ ਹੈ ਤੇ ਅਸੀਂ ਉਸ ਲੈਵਲ ਦੇ ਸਟ੍ਰੈਟਜੀਕਲ ਲੈਵਲ ਤੇ ਕਰ ਰਹੇ ਹਾਂ। ਦੂਜੇ ਪਾਸੇ ਇਹ ਖਬਰ ਇਹ ਜਿਹੜੇ ਨਾਮਾ ਸਾਹਿਤ ਆਈ ਹੈ, ਬਾਕੀ ਚੀਜ਼ਾਂ ਆਈਆਂ ਨੇ, ਵਾਸ਼ਿੰਗਟਨ ਪੋਸਟ ਇੱਕ ਪ੍ਰੋਮੀਨੈਂਟ ਤੇ ਕ੍ਰੈਡੀਬਲ ਅਖਬਾਰ ਮੰਨੀ ਜਾਂਦੀ ਹੈ, ਤੇ ਜਾਂ ਤਾਂ ਹੁਣ ਇਹਦਾ ਜਵਾਬ ਤਾਂ ਮਤਲਬ ਵਿਦੇਸ਼ ਮੰਤਰਾਲਾ ਹੀ ਦੇ ਸਕਦਾ ਕੋਈ, ਜੋ ਵੀ ਉਹ ਦੇਊਗਾ ਕਿ ਇਹਦਾ ਕੀ ਕਰਨਾ ਕੀ ਨਹੀਂ ਜਾਂ ਕਿਸ ਲੈਵਲ ਦੇ ਉੱਤੇ। ਪਰ ਜੇ ਇਹੋ ਜਿਹੇ ਟ੍ਰੈਂਡ ਨੇ ਤਾਂ ਇਹ ਟ੍ਰੈਂਡ ਕਾਫੀ ਮਤਲਬ ਕੋਈ ਇਹ ਸਵਾਗਤ ਕਰਨ ਯੋਗ ਨਹੀਂ, ਇਹ ਨੈਗੇਟਿਵ ਟ੍ਰੈਂਡ ਨੇ ਜੇਕਰ ਇਸ ਲੈਵਲ ਦੀਆਂ ਕੋਈ ਗੱਲਾਂ ਹੁੰਦੀਆਂ ਨੇ। ਤੁਸੀਂ ਜਿਹੜੇ ਵੀ ਦੇਸ਼, ਜੇ ਅਮਰੀਕਾ ਵੀ ਸਾਡੇ ਦੇਸ਼ 'ਚ ਆ ਕੇ ਕਹੇ, ਉੱਥੇ ਦੀ ਸਰਕਾਰ ਨੂੰ ਰਿਪ੍ਰਜੈਂਟ ਕਹਿੰਦੇ ਹੋ ਤੁਸੀਂ, ਜੋ ਵੀ ਗੱਲਾਂ ਕਹਿੰਦੇ ਹੋ, ਔਰ ਡਿਪਲੋਮੈਟਿਕ ਸਿਸਟਮ ਹੁੰਦੇ ਹੀ ਇਸੇ ਕੰਮ ਲਈ ਨੇ। ਔਰ ਇਹਦੇ ਨਾਲ ਇੱਕ ਗੱਲ ਹੋਰ ਵੀ ਇਸੇ ਕਰਕੇ ਵੀ ਇੰਪੋਰਟੈਂਟ ਹੈ, ਕਿਉਂਕਿ ਹੁਣ ਅਮਰੀਕਾ 'ਚ ਵੀ ਕੈਨੇਡਾ 'ਚ ਵੀ ਭਾਰਤੀ ਖਾਸ ਤੌਰ 'ਤੇ ਪੰਜਾਬੀ ਸਿੱਖ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ। ਜਦੋਂ ਜੇ ਇਹਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਹਨਾਂ ਨੂੰ ਵੀ ਕਈ ਵਾਰ ਇਹ ਨਜ਼ਰ ਆਉਂਦਾ ਵੀ ਇੱਕ ਇਨਸਿਕਿਉਰਿਟੀ ਦੀ ਫੀਲਿੰਗ ਤਾਂ ਫਿਰ ਕਈ ਵਾਰ ਹੋਣ ਲੱਗ ਹੀ ਜਾਂਦੀਆਂ ਨੇ ਵੀ ਕਿਤੇ ਸਾਡੇ ਨਾਲ ਕੋਈ ਉੱਥੋਂ ਦੀ ਸਰਕਾਰ ਨਾਲ ਸਾਨੂੰ ਇਸ ਢੰਗ ਨਾਲ ਦੇਖਣ ਲੱਗ ਜੇ, ਜਾਂ ਇੱਥੋਂ ਦੀ ਸਰਕਾਰ ਸਾਡੇ ਬਾਰੇ ਕੁਝ ਹੋਰ ਗੱਲ ਹੋਰ ਵਿਊ ਨਾਲ ਰਹਿਣ ਲੱਗ ਜੇ। ਇਹ ਸਾਰੀਆਂ ਗੱਲਾਂ ਤੇ ਜਿਹੜੀ ਉਹ ਪਾਪੂਲੇਸ਼ਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ NRI ਸਾਡੇ, ਜਿਹਨੂੰ ਕਹਿੰਦੇ ਉਹ ਸਾਡੀ ਸਟਰੈਂਥ ਨੇ, ਉਹ ਉਹਨਾਂ ਦੀ ਵੀ ਭਾਵਨਾਵਾਂ ਨੂੰ ਦੇਖਣ ਦਾ ਸਵਾਲ ਹੈ ਔਰ ਦੇਖਣਾ ਚਾਹੀਦਾ ਲਗਾਤਾਰ। ਹਾਂ, ਉਹਨਾਂ ਦੇ ਦੋਨਾਂ ਦੇਸ਼ਾਂ ਦੇ ਜੇ ਰਿਸ਼ਤੇ ਚੰਗੇ ਜਾਂ ਮਾੜੇ ਉਹਨਾਂ ਤੇ ਅਸਰ ਪਾਉਂਦੇ ਨੇ, ਦੋਨਾਂ ਦੇ ਵਿੱਚ ਤਲਖੀ ਆਉਂਦੀ ਹੈ, ਤਾਂ ਉਹਨਾਂ ਨੂੰ ਡਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਕਿ ਕਿਤੇ ਟਰੈਵਲ ਪਾਬੰਦੀਆਂ ਇਹਨਾਂ ਕੋਲ ਲੱਗ ਜਾਣ, ਜਿਵੇਂ ਕੈਨੇਡਾ ਦੇ ਵਿੱਚ ਥੋੜੀ ਦੇਰ ਲਈ ਲੱਗ ਗਈਆਂ ਸੀਗੀਆਂ ਜਿਹੜੇ ਉੱਥੋਂ ਦੇ OCI ਕਾਰਡ ਹੋਲਡਰ ਸੀਗੇ, ਉਹਨਾਂ ਲਈ ਸਮੱਸਿਆ ਹੋ ਗਈ ਸੀਗੀ, ਵੀਜ਼ੇ ਲੱਗਣੇ ਥੋੜੇ ਘੱਟ ਗਏ ਸੀਗੇ, ਤੇ ਪਿਛਲਾ ਇਹ ਦਸੰਬਰ ਜਦੋਂ ਵਿਆਹਾਂ ਵਿਆਹਾਂ ਦੇ ਆਪਣੇ ਇੱਥੇ ਸੀਜ਼ਨ ਹੁੰਦੇ ਆ, ਤੇ ਉਹਨਾਂ ਨੂੰ ਕਾਫੀ ਲੋਕਾਂ ਨੂੰ ਮੁਸ਼ਕਲਾਂ ਵੀ ਆਈਆਂ। ਕਈ ਤਾਂ ਇਹੋ ਜਿਹੇ ਲੋਕ ਸੀਗੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਅੱਗੇ ਪਿੱਛੇ ਕੀਤੇ, ਪਰ ਮੈਂ ਕੈਨੇਡਾ ਦੇ ਵਿੱਚ ਵੀ ਇਹ ਜਿਹੜੀ ਦੇਖ ਰਿਹਾ ਕਿ ਉੱਥੋਂ ਦਾ ਇੱਕ ਡਿਪਲੋਮੈਟ ਤਲਬ ਕੀਤਾ ਹੈ ਜਿਹੜਾ ਭਾਰਤ ਵਿੱਚ ਕੈਨੇਡਾ ਦਾ, ਕਿਉਂਕਿ ਕੱਲ੍ਹ ਉੱਥੇ ਨਾਅਰੇ ਲੱਗੇ ਨੇ ਖਾਲਿਸਤਾਨ ਦੇ, ਜਦੋਂ ਟਰੂਡੋ ਕੋਈ ਬੋਲ ਰਹੇ ਸੀਗੇ, ਟਰੂਡੋ ਇਹਨਾਂ ਰਿਸ਼ਤਿਆਂ 'ਤੇ ਹੀ ਗੱਲ ਕਰ ਰਹੇ ਸੀ, ਉਹ ਇਹਨਾਂ ਕਮਿਊਨਿਟੀਜ਼ ਦੀ ਹੈਲਪ ਕਰਨ ਲਈ, ਉਹ ਤਾਂ ਹੋਰ ਜ਼ਿਆਦਾ ਏਅਰਲਾਈਨਸ ਜਾਂ ਬਾਕੀ ਉਡਾਣਾਂ ਵਧਾਉਣ ਦੀ ਗੱਲ ਵੀ ਅੰਮ੍ਰਿਤਸਰ ਤੋਂ ਕਰ ਰਹੇ ਸੀਗੇ, ਪਰ ਉਦੋਂ ਨਾਲ ਹੀ ਕੁਛ ਨਾਅਰੇਬਾਜ਼ੀ ਉੱਥੇ ਹੁੰਦੀ ਹੈ ਜਿੱਦਾਂ ਭਾਰਤ ਨੇ ਨੋਟਿਸ ਲਿਆ। ਇਹ ਚੀਜ਼ਾਂ ਮੈਨੂੰ ਲੱਗਦਾ ਥੋੜ੍ਹਾ ਜਿਹਾ ਵੱਡੇ ਤੇ ਖੁੱਲੇ ਮਨ ਨਾਲ ਵੀ ਲੈਣੀਆਂ ਚਾਹੀਦੀਆਂ, ਤੁਹਾਨੂੰ ਨਹੀਂ ਲੱਗਦਾ? ਨਹੀਂ, ਬਿਲਕੁਲ ਲੈਣੀਆਂ ਚਾਹੀਦੀਆਂ ਨੇ। ਵੈਸੇ ਤਾਂ ਮਤਲਬ ਜਿਹੜੇ ਸੱਜਣ ਉੱਥੇ ਬੈਠੇ ਨੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਅੰਗਰੇਜ਼ ਕਹੋ, ਰੈਲੀਆਂ ਮੀਟਿੰਗਾਂ ਅਲੱਗ ਵੀ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ, ਇਕੱਲਾ ਟਰੂਡੋ ਦੇ ਭਾਸ਼ਣ 'ਚ ਨਾਅਰਾ ਲਾ ਕੇ ਤਾਂ ਕੁਝ ਨਹੀਂ ਬਣਨਾ। ਔਰ ਜੇ ਜੇ ਕਿਸੇ ਨੂੰ ਇਹ ਲੱਗਦਾ ਕਿ ਉਹ ਬਿਲਕੁਲ ਹੀ ਦਾਅਵੇਦਾਰ ਨੇ, ਖਾਲਿਸਤਾਨ ਉਹਨਾਂ ਨੇ ਬਣਾਉਣਾ ਇਹੀ ਗੱਲ ਸਹੀ ਹੈ, ਤਾਂ ਬਣੂਗਾ ਤਾਂ ਇੱਥੇ ਧਰਤੀ ਤੇ ਆ ਕੇ ਨਾ, ਕੈਨੇਡਾ 'ਚ ਤਾਂ ਬਣੂਗਾ ਨਹੀਂ, ਕੋਈ ਬਿਲਾਵਤਨ ਸਰਕਾਰ ਤਾਂ ਇਹੋ ਜਿਹੀ ਚੱਲ ਨਹੀਂ ਰਹੀ, ਇੱਕ ਤਾਂ ਇਹ ਐਂਗਲ ਵੀ ਲੈਣ ਦਾ ਕੁਸ਼ਚਨ ਹੈਗਾ ਹੀ ਹੈ, ਕੋਈ ਜ਼ਰੂਰੀ ਨਹੀਂ ਹੈ ਕੋਈ ਕਿਸੇ ਵੀ ਵਿਚਾਰ ਨੂੰ। ਗਦਰੀ ਬਾਬੇ ਆਏ, ਗਦਰੀਆਂ ਨੇ ਆ ਕੇ ਇੱਥੇ ਉਹਨਾਂ ਹੀ ਕੈਨੇਡਾ ਅਮਰੀਕਾ 'ਚੋਂ ਆ ਕੇ, ਉਹਨਾਂ ਨੂੰ ਜਦੋਂ ਲੱਗਿਆ ਕਿ ਅਸੀਂ ਉੱਥੇ ਜਾ ਕੇ ਕੋਈ ਕੰਮ ਕਰਨਾ ਹੈ ਤਾਂ ਆ ਗਏ ਬੰਦਿਆਂ ਨੇ, ਦਾਤੇ ਲਾਤੀਆਂ ਜ਼ਿੰਦਗੀਆਂ, ਆਪਣੇ ਸਾਰੇ ਸਾਧਨ ਤੇ ਸਾਰਾ ਕੁਝ ਹੈ, ਉਹਨਾਂ ਦੇ ਵਾਰਸ ਗਏ ਹੋਏ ਨੇ ਉੱਥੇ, ਉਹਨਾਂ ਦੇ ਵਾਰਸਾਂ 'ਚ ਇੰਨਾ ਕੁ ਦਿਮਾਗ 'ਚ ਵੀ ਰਹਿਣਾ ਚਾਹੀਦਾ, ਜੇਕਰ ਉਹ ਵਾਕਈ ਕੋਈ ਸੀਰੀਅਸ ਨੇ ਆਪਣੇ ਕਾਜ ਪ੍ਰਤੀ, ਤਾਂ ਸੀਰੀਅਸਨੈਸ ਤਾਂ ਫਿਰ ਇੱਥੇ ਆ ਕੇ
ਅਮਲ ਚ ਆਏਗੀ ਇਸੇ ਧਰਤੀ ਤੇ ਜਾ ਕੇ। ਇਹ ਨਹੀਂ ਨਾ ਵੀ ਇੱਥੇ ਸੌਂਦੇ ਰਹੋ ਉੱਥੇ ਕੀ ਕਰਦੇ ਰਹੋ ਤੇ ਨਾਲ ਜ਼ਿੰਦਗੀ ਵੀ ਠੀਕ ਠਾਕ ਚੱਲਦੀ ਰਹੇ ਤੇ ਆਂਚ ਵੀ ਨਾ ਆਵੇ, ਇਹ ਦੋ ਗੱਲਾਂ ਨਹੀਂ ਹੁੰਦੀਆਂ। ਇਨਕਲਾਬ ਜਦੋਂ ਕਰਨ ਲਈ ਲੋਕ ਤੁਰਦੇ ਨੇ ਤਾਂ ਉਹ ਨਾਲ ਉਹਦੇ ਚ ਵੀ ਤੁਰਦੇ ਹੀ ਨੇ। ਪੰਜਾਬ ਦੇ ਵਿੱਚ ਬਹੁਤ ਲੋਕਾਂ ਨੇ ਸਫ਼ਰ ਕੀਤਾ ਹੀ ਹੈ, ਬੜੇ ਮਾਮਲਿਆਂ ਦੇ ਵਿੱਚ ਸਾਡੇ ਸਾਹਮਣੇ ਦਿਖਾਈ ਦਿੰਦਾ। ਪਰ ਗਵਰਨਮੈਂਟ ਆਫ ਇੰਡੀਆ ਵੀ ਜੇ ਨਾਰਿਆਂ ਤੇ ਮਤਲਬ ਐਡਾ ਵੱਡਾ ਐਕਸ਼ਨ ਹੈ, ਨਾਰੇ ਤਾਂ ਹੁਣ ਇੱਥੇ ਸਾਡੇ ਵੀ ਤਾਂ ਰੋਜ਼ ਲੱਗ ਹੀ ਜਾਂਦੇ ਨੇ ਕਿਤੇ ਵੀ। ਸਿਮਰਜੀਤ ਮਾਨ ਹੋਣੀ ਓਪਨਲੀ ਕਹਿ ਰਹੇ ਨੇ ਦਲ ਖਾਲਸਾ ਵਾਲੇ ਨਾਰੇ ਲਾਉਂਦੇ ਨੇ, ਹੋਰ ਉੱਪਰ ਜਥੇਬੰਦੀਆਂ ਥੋੜਾ ਜਿਹਾ ਇਕੱਠ ਕਰ ਲਓ, ਇੱਕ ਇਮੋਸ਼ਨਲ ਸਪੀਚ ਜੀ ਕਰ ਦਿਓ ਉਹਦੇ 'ਚ, ਉਹਦੇ 'ਚ ਕੋਈ ਵੀ ਲਾ ਹੀ ਦਿੰਦਾ, ਉਦੋਂ ਤੁਸੀਂ ਕੀ ਕਰਦੇ ਹੋ ਫਿਰ? ਚੀਫ ਮਿਨਿਸਟਰ ਨੂੰ ਸੱਦ ਦਿਓ ਜਾਂ ਕਿਸੇ ਹੋਰ ਨੂੰ ਸੱਦ ਦਿਓ, ਕੀ ਕਹਿੰਦੇ ਹੋ? ਕਿਉਂਕਿ ਇਹ ਨੋਰਮਲ ਗੱਲ ਹੈ। ਔਰ ਇਹ ਨੋਰਮਲ ਗੱਲ ਇਸ ਕਰਕੇ ਵੀ ਹੈ ਕਿਉਂਕਿ ਸੁਪਰੀਮ ਕੋਰਟ ਆਫ ਇੰਡੀਆ ਇਹੋ ਜਿਹਾ ਜੱਜਮੈਂਟਾਂ ਦੇ ਚੁੱਕੀ, ਉਹ ਜੱਜਮੈਂਟਾਂ ਜਿਹੜੀਆਂ ਪੰਜਾਬ ਦੇ ਸੰਦਰਭ ਦੇ ਵਿੱਚ ਵੀ ਨੇ, ਉਹ ਜੱਜਮੈਂਟਾਂ ਹੋਰਾਂ ਦੇ ਸੰਦਰਭ ਵਿੱਚ ਵੀ ਨੇ, ਵੀ ਜੇਕਰ ਤੁਸੀਂ ਪੀਸਫੁਲ ਤਰੀਕੇ ਦੇ ਨਾਲ, ਹਿੰਸਾ ਨਹੀਂ ਭੜਕਾਉਂਦਾ ਉਹ ਨਾਰਾ, ਹਿੰਸਕ ਹੋਣ ਲਈ ਤਿਆਰ ਨਹੀਂ ਕਰਦਾ ਤੁਹਾਨੂੰ, ਕਮਿਊਨਿਟੀਆਂ ਦੇ ਵਿੱਚ ਪੋਲਰਾਈਜੇਸ਼ਨ ਉਸ ਲੈਵਲ ਤੇ ਕਰਕੇ ਨਹੀਂ ਕਰਦਾ, ਤਾਂ ਪੀਸਫੁਲੀ ਤੁਸੀਂ ਅਲੱਗ ਰਾਜ ਦੀ ਵੀ ਗੱਲ ਕਰਦੇ ਹੋ ਤਾਂ ਇੰਡੀਅਨ ਕਾਂਸਟੀਟਿਊਸ਼ਨ ਇਜਾਜ਼ਤ ਦਿੰਦਾ, ਬਸ਼ਰਤੇ ਕਿ ਤੁਸੀਂ ਨਫ਼ਰਤ ਨਾ ਫੈਲਾਉਂਦੇ ਹੋਵੋ ਤੇ ਹਿੰਸਾ ਨਾ ਫੈਲਾਉਂਦੇ ਹੋ। ਤੇ ਜੇ ਸੁਪਰੀਮ ਕੋਰਟ ਦੀ ਜੱਜਮੈਂਟ ਹੈ, ਹੁਣ ਤੁਸੀਂ ਸੁਪਰੀਮ ਕੋਰਟ ਨੂੰ ਫੋਲੋ ਕਰਨਾ ਹੈ ਜਾਂ ਆਪਣੇ ਆਪ ਆਪਣੀ ਪੋਲਿਟਿਕਸ ਨੂੰ ਫੋਲੋ ਕਰਨਾ, ਇਹ ਤਾਂ ਅਲੱਗ ਅਲੱਗ ਦੋ ਗੱਲਾਂ ਨੇ, ਤਾਂ ਫੋਲੋ ਕਰਨ ਵਾਲੇ ਤੇ ਨਿਰਭਰ ਹੈ। ਸਿਮਰਨਜੀਤ ਸਿੰਘ ਮਾਨ, ਮੈਂ ਹੁਣੇ ਹੀ ਦੇਖ ਰਿਹਾ ਸੀ ਕੁਝ ਦਿਨ ਪਹਿਲਾਂ ਹੀ, ਇੱਕ ਸਵਾਲ ਦਾ ਜਵਾਬ ਦੇ ਰਹੇ ਸੀ ਪੱਤਰਕਾਰ ਨੇ, ਵਾਹਵਾ ਤਲਖੀ ਨਾਲ ਪੁੱਛਿਆ ਸੀ ਵੀ ਤੁਹਾਨੂੰ ਤਾਂ ਕੋਈ ਕੁਛ ਨਹੀਂ ਕਹਿੰਦਾ, ਉਹ ਕਹਿੰਦੇ ਮੇਰੇ ਵਕੀਲ ਲਖਣਪਾਲ ਸਾਹਿਬ ਨੇ ਮੈਨੂੰ ਇਹ ਹੱਕ ਲੈ ਕੇ ਦਿੱਤਾ ਵੀ ਮੈਂ ਕਹਿ ਸਕਦਾ। ਖੈਰ ਇਹ ਗੱਲਾਂ ਉਸ ਤਰ੍ਹਾਂ ਦੀਆਂ ਵੀ ਆ। ਅਸੀਂ ਹੁਣ ਅਗਲਾ ਮੁੱਦਾ ਬਿਲਕੁਲ ਨਹੀਂ ਲੈਣਾ ਜਿਹਦੇ ਵਿੱਚ ਕੇਜਰੀਵਾਲ ਸਾਹਿਬ ਦੇ ਉੱਤੇ ਕੱਲ ਟਿੱਪਣੀ ਕੀਤੀ ਅਦਾਲਤ ਨੇ ਵੀ ਇਹ ਸੀਐਮ ਦਾ ਅਹੁਦਾ ਕੋਈ ਰਸਮੀ ਅਹੁਦਾ ਨਹੀਂ ਹੁੰਦਾ, ਸੈਰੇਮੋਨੀਅਲ ਨਹੀਂ ਹੁੰਦਾ, ਇਹ ਜ਼ਿੰਮੇਵਾਰੀ ਵਾਲਾ ਅਹੁਦਾ। ਪਰ ਉਹਨਾਂ ਦੀ ਪਾਰਟੀ ਕਹਿ ਰਹੀ ਆਮ ਆਦਮੀ ਪਾਰਟੀ ਕਿ ਮੁੱਖ ਮੰਤਰੀ ਤਾਂ ਕੇਜਰੀਵਾਲ ਸਾਹਿਬ ਹੀ ਰਹਿਣਗੇ। ਮੈਨੂੰ ਲੱਗਦਾ ਆਪਾਂ ਕਰ ਦਈਏ ਇੱਥੇ ਹੀ ਖਤਮ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸ਼ੁਕਰੀਆ ਜੀ।